ਵੀ ਸੋਸ਼ਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੇਰੇ ਰੁਪਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਵੀ ਸੋਸ਼ਲ ਦੇ ਇਸ ਬੇਹੱਦ ਖਾਸ ਪ੍ਰੋਗਰਾਮ ਦਸਤਕ ਦੇ ਵਿੱਚ ਅੱਜ ਇੱਕ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਇਹਨਾਂ ਦਾ ਨਾਂ ਹੈ ਨਵਾਬ ਖਾਨ। ਮਹਿਜ 24 ਵਰਿਆਂ ਦੀ ਉਮਰ ਦੇ ਵਿੱਚ ਨਵਾਬ ਖਾਨ ਦੀ ਕਵਿਤਾ ਦਾ ਕੱਦ ਉਹਨਾਂ ਦੀ ਉਮਰ ਨਾਲੋਂ ਕਿਤੇ ਜ਼ਿਆਦਾ ਹੈ। ਉਹਨਾਂ ਨੇ ਹਾਲੇ ਤੱਕ ਕੋਈ ਕਿਤਾਬ ਨਹੀਂ ਲਿਖੀ, ਪਰ ਉਹਨਾਂ ਦੀ ਕਵਿਤਾ ਨੂੰ ਪੜ੍ਹਨ ਵਾਲੇ ਜਾਣਦੇ ਨੇ ਕਿ ਨਵਾਬ ਖਾਨ ਹੁਣਾਂ ਦੀ ਕਵਿਤਾ ਜਿਹੜੀ ਅੱਜ ਦੇ ਇਸ ਸਮੇਂ ਦੇ ਵਿੱਚ ਕਿੱਥੇ ਖਲੋਂਦੀ ਹੈ। ਬਹੁਤ ਸਾਰੇ ਮੰਚਾਂ ਤੋਂ ਉਹਨਾਂ ਨੂੰ ਕਵਿਤਾ ਪੜ੍ਹਨ ਲਈ ਸੱਦਾ ਆਉਂਦਾ, ਤਾਂ ਉਹਨਾਂ ਦੀ ਮਕਬੂਲੀਅਤ ਹੈ ਜਿਹੜੀ ਉਹ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੜ੍ਹਨ ਨੂੰ ਆਮ ਮਿਲਦੀ ਹੈ। ਨਵਾਬ ਖਾਨ ਹੁਣਾਂ ਦੀ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਦੀ ਕਵਿਤਾ ਦੇ ਵਿੱਚ ਰੂਹਾਨੀਅਤ ਦਾ ਜਿਹੜਾ ਜ਼ਿਕਰ ਆ ਉਹ ਬਹੁਤ ਜ਼ਿਆਦਾ ਮਿਲਦਾ ਹੈ। ਪਿੱਛੇ ਜਿਹੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਆਪਣੀ ਪੰਜਾਬੀ ਦੀ MA ਦੀ ਪੜ੍ਹਾਈ ਕੰਪਲੀਟ ਕੀਤੀ ਹੈ ਅਤੇ ਅੱਜ ਕੱਲ੍ਹ ਉਹ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਨੇ। ਬਾਕੀ ਦੀਆਂ ਗੱਲਾਂ ਆਪਾਂ ਉਹਨਾਂ ਦੀ ਜ਼ੁਬਾਨੀ ਜਾਣਾਂਗੇ। ਉਸ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭੈਣੇ, ਕੀ ਹਾਲ ਚਾਲ ਹੈ? ਬਹੁਤ ਵਧੀਆ, ਧੰਨ ਭਾਗ ਇੰਨੇ ਸੋਹਣੇ ਸ਼ਬਦਾਂ ਨਾਲ ਉਹ ਕਰਨ ਲਈ। ਸੁਭਾਗ ਬਹੁਤ ਸੋਹਣਾ ਸਬੱਬ ਬਣਾਇਆ ਤੁਸੀਂ। ਨਹੀਂ, ਸਾਨੂੰ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੈ ਕਿ ਅੱਜ ਮਤਲਬ ਅਸੀਂ ਤੁਹਾਡੇ ਨਾਲ ਰਾਬਤਾ ਕੀਤਾ ਅਤੇ ਇੰਨਾ ਸੋਹਣਾ ਮਾਹੌਲ ਆ ਜਿਹੜਾ ਦੇਖਣ ਨੂੰ ਮਿਲਿਆ ਨਾ। ਅਤੇ ਨਵਾਬ, ਜਦੋਂ ਤੁਹਾਡੇ ਬਾਰੇ ਪੜ੍ਹਦੇ ਹਾਂ, ਇਹ ਤਾਂ ਸਾਰਿਆਂ ਨੂੰ ਪਤਾ ਕਿ ਹਾਲੇ ਤੱਕ ਤੁਸੀਂ ਕਿਤਾਬ ਨਹੀਂ ਲਿਖੀ, ਪਰ ਸੋਸ਼ਲ ਮੀਡੀਆ 'ਤੇ ਕਹਿ ਲਵਾਂ ਜਾਂ ਉਹਨਾਂ ਮੁਸ਼ਾਇਰਿਆਂ ਦੇ ਵਿੱਚ ਜਿੱਥੇ ਤੁਹਾਨੂੰ ਕਵਿਤਾ ਪੜ੍ਹਨ ਦਾ ਸੱਦਾ ਆਉਂਦਾ, ਉੱਥੇ ਜਦੋਂ ਕੋਈ ਤੁਹਾਡੀ ਕਵਿਤਾ ਸੁਣ ਕੇ ਨਿਕਲਦਾ ਤਾਂ ਹਰ ਇੱਕ ਦੇ ਮੂੰਹ 'ਤੇ ਸਿਰਫ ਇੱਕੋ ਸ਼ਬਦ ਹੁੰਦਾ ਕਿ ਨਵਾਬ ਹੈ ਜਿਹੜਾ ਕਮਾਲ ਦਾ ਲਿਖਦਾ ਹੈ ਨਾ। ਮੈਂ ਚਾਹੂੰਗੀ ਕਿ ਉਹਨਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਜਿਹੜਾ ਥੋੜ੍ਹਾ ਜਿਹਾ ਜ਼ਿਕਰ ਹੈ, ਤੁਸੀਂ ਆਪਣੇ ਬਾਰੇ ਦੱਸੋ ਕਿ ਕਿੱਥੇ ਤੁਸੀਂ ਪੈਦਾ ਹੋਏ, ਕਿਵੇਂ ਦਾ ਮਾਹੌਲ ਸੀ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਤੁਹਾਡੀ ਜਿਹੜੀ ਸ਼ਖਸੀਅਤ ਆ ਉਹਨੂੰ ਇਸ ਤਰੀਕੇ ਨਾਲ ਬਣਾਇਆ? ਹਾਂਜੀ ਭੈਣੇ, ਸ਼ੁਰੂ ਤੋਂ ਕਿਹੜੀ ਤੁਹਾਡੀ ਵੱਡੀ ਕੰਮ ਕਰਦੀ ਹੁੰਦੀ ਆ ਟੇਕ, ਕੋਈ ਪਿੱਛੇ ਫਲਸਫਾ ਕੰਮ ਕਰਦਾ ਹੁੰਦਾ। ਸਾਡੇ ਨਾਨਾ ਜੀ ਸੀਗੇ, ਕਿਉਂਕਿ ਮਾਮਾ ਜੀ ਕੋਈ ਹੈ ਨਹੀਂ ਸੀ, ਉਹ ਸ਼ੁਰੂ ਤੋਂ ਸਾਡੇ ਕੋਲ ਰਹਿੰਦੇ ਪਿੰਡ, ਤਾਂ ਉਹਨਾਂ ਨੇ ਕੁਰਾਨ ਮਜੀਦ ਦੀਆਂ ਸਾਖੀਆਂ ਜਾਂ ਹਦੀਸ ਦੀਆਂ ਸੁਣਾਉਣੀਆਂ, ਤਾਂ ਉਹ ਸ਼ੁਰੂ ਤੋਂ ਇੱਕ ਤੁਹਾਡਾ ਵਹਿਣ ਹੁੰਦਾ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ, ਅਤੇ ਹੌਲੀ 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 ਸਹਿਜੇ ਸਹਿਜੇ ਇੱਕ ਸਮੇਂ ਦੇ ਵਿੱਚ ਆ ਕੇ ਕਰਮ ਬਣ ਕੇ ਫੁੱਟਣਾ ਸ਼ੁਰੂ ਹੋ ਜਾਂਦਾ। ਬਸ ਐਵੇਂ ਆ ਵੀ ਤੁਸੀਂ ਜਦੋਂ ਪੂਰੀ ਕਾਵਧਾਰਾ ਦੇ ਵਿੱਚੋਂ ਗੁਜ਼ਰਦੇ ਹੋ ਤਾਂ ਉਹ ਖਿਆਲ ਉਹਨਾਂ ਦੇ ਫਕੀਰਾਂ ਦੇ ਸੁੱਖ ਤੁਹਾਡੇ ਅੰਦਰ ਉਤਰਦੇ ਨੇ ਕਿਵੇਂ ਨਾ ਕਿਵੇਂ, ਤਾਂ ਉਹਨਾਂ ਦੇ ਹੀ ਸਮੇਂ ਦੇ ਅਨੁਸਾਰ ਸਮਾਂ ਪਾ ਕੇ ਤੁਹਾਡੇ ਅੰਦਰੋਂ ਰੀਸਾਈਕਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਇੱਕ ਆਪਣੀ ਮੌਲਿਕਤਾ ਉਤਪੰਨ ਹੁੰਦੀ ਹੈ। ਬਿਲਕੁਲ। ਅਤੇ ਪਰਿਵਾਰ ਬਾਰੇ ਮੈਂ ਚਾਹਾਂਗੀ ਕਿ ਥੋੜ੍ਹਾ ਜਿਹਾ ਜ਼ਿਕਰ, ਜਦੋਂ ਅਸੀਂ ਆਏ ਸੀ ਮਤਲਬ ਆਂਟੀ ਉਹਨਾਂ ਨੂੰ ਮਿਲੇ ਤਾਂ ਬੜਾ ਨਿੱਘਾ ਜਿਹਾ ਸੁਭਾਅ ਹੈ ਨਾ ਉਹਨਾਂ ਦਾ, ਤਾਂ ਐਵੇਂ ਯਾਦ ਆ ਗਿਆ ਵੀ ਜਦੋਂ ਘਰ ਜਾ ਕੇ ਆਪਣੀ ਖੁਦ ਦੀ ਮਾਂ ਨੂੰ ਮਿਲੀਦਾ, ਅਤੇ ਉਹਨਾਂ ਬਾਰੇ ਮੈਂ ਚਾਹੂੰਗੀ ਕਿ ਥੋੜ੍ਹਾ ਜਿਹਾ ਤੁਸੀਂ ਸਾਨੂੰ ਜ਼ਰੂਰ ਦੱਸੋ। ਹਾਂਜੀ ਹਾਂਜੀ ਭੈਣੇ, ਉਹਨਾਂ ਦਾ ਆਪਣੇ ਪਿਛੋਕੜ ਹੈਗਾ ਇੱਥੋਂ ਨਾਨਕੇ ਮੇਰੇ ਹੈਗੇ ਲਵਾਣੇ ਪਿੰਡ ਨਜ਼ਦੀਕ ਨਾਭੇ ਉਹ, ਅਤੇ ਹੌਲੀ ਹੌਲੀ ਜਿਵੇਂ ਆਪਾਂ ਕਹਿ ਲਈਏ ਉਹਨਾਂ ਦਾ ਘਰ ਦੁਨਿਆਵੀ ਤਲੀਮ ਵਿੱਚ ਤਾਂ ਉਹ ਕਾਫ਼ੀ ਉਹਨਾਂ ਨੇ ਦੁਨਿਆਵੀ ਤਲੀਮ ਤਾਂ ਹਾਸਿਲ ਕਰੀ ਨਹੀਂ, ਪਰ ਇਹਨਾਂ ਦਾ ਸੂਫੀਜ਼ਮ ਵੱਲ ਸਾਖੀਆਂ ਸੁਣਨਾ ਜਾਂ ਨਾਨਾ ਜੀ ਨਾਲ ਉਦੋਂ ਗੁਫ਼ਤਗੂ ਕਰਨਾ ਉਦੋਂ ਕਾਫ਼ੀ ਰਹਿੰਦਾ ਸੀਗਾ ਇਹਨਾਂ ਦਾ, ਤਾਂ ਉਹੀ ਖੂਨ ਦੇ ਵਿੱਚ ਜਿਵੇਂ ਤੁਸੀਂ ਕਹਿ ਦਿੰਦੇ ਹੋ ਨਾ, ਉਹ ਉੱਤਰ ਕੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਗੱਲਾਂ। ਅਸੀਂ ਮਤਲਬ ਇਹੀ ਆਪਾਂ ਕਹਿੰਦੇ ਵੀ ਕਹਿੰਦੇ ਨੇ ਕਿ ਇੱਕ ਜਿਹੜੀ ਮਕਾਨ ਦੀ ਖੂਬਸੂਰਤੀ ਆ ਜਾਂ ਘਰ ਦੀ ਖੂਬਸੂਰਤੀ ਉਹਦੀ ਨੀਹਾਂ ਤੋਂ ਸ਼ੁਰੂ ਹੁੰਦੀ ਆ, ਹੈ ਨਾ। ਜਿਸ ਬੰਦੇ ਦੀ ਨੀਂਹ ਮਜ਼ਬੂਤ ਹੋਵੇ ਤਾਂ ਜ਼ਾਹਿਰ ਜੀ ਗੱਲ ਹੈ ਵੀ ਅੱਗੇ ਜਾ ਕੇ ਉਹ ਹਮੇਸ਼ਾ ਤਾਰੀਫ਼ ਦੇ ਕਾਬਿਲ ਬਣਦਾ। ਮੈਂ ਨਵਾਬ, ਤੁਹਾਡੀ ਕਵਿਤਾ ਨੂੰ ਪੜ੍ਹਦੀ ਹਾਂ, ਹੈ ਨਾ, ਮੈਨੂੰ ਇਹ ਲੱਗਦਾ ਹੁੰਦਾ ਵੀ ਜੋ ਤੁਹਾਡੀ ਉਮਰ ਹੈ ਇਸ ਉਮਰ ਦੇ ਵਿੱਚ, ਜਾਂ ਤਾਂ ਲੋਕ ਜ਼ਿਆਦਾਤਰ ਜਿਹੜੇ ਇਸ਼ਕ ਦੀਆਂ ਕਵਿਤਾਵਾਂ ਲਿਖਦੇ ਨੇ, ਜਾਂ ਫਿਰ ਇਹ ਵੀ ਹੁੰਦਾ ਕਿ ਜਿਹੜੇ ਥੋੜ੍ਹੇ ਜਿਹੇ ਸਮਾਜਿਕ ਤੌਰ 'ਤੇ ਚੇਤੰਨ ਹੋ ਜਾਂਦੇ ਆ ਲੋਕ, ਤਾਂ ਉਹ ਫਿਰ ਸਿਆਸਤ ਨੂੰ ਵਿਗਾੜਨ ਵਾਲੀਆਂ ਕਵਿਤਾਵਾਂ ਵੀ ਜਿਹੜੀਆਂ ਲਿਖਦੇ ਨੇ, ਪਰ ਤੁਹਾਡੀ ਕਵਿਤਾ ਦੇ ਵਿੱਚ ਰੂਹਾਨੀਅਤ ਆ ਜਿਹੜੀ ਉਹ ਬਹੁਤ ਜ਼ਿਆਦਾ, ਹੈ ਨਾ, ਉਹ 'ਚ ਅੱਲਾ ਨਾਲ ਇਸ਼ਕ ਵੀ ਆ, ਵਾਹਿਗੁਰੂ ਨਾਲ ਵੀ ਆ। ਮਤਲਬ ਮੈਨੂੰ ਇਹ ਲੱਗਦਾ ਹੁੰਦਾ ਵੀ ਤੁਹਾਡੀ ਕਵਿਤਾ ਦਾ ਜਿਹੜਾ ਪਰਿਖੇਪ ਆ ਉਹ ਸਭ ਤੋਂ ਪਹਿਲਾਂ ਧਰਮ 'ਤੇ ਸ਼ੁਰੂ ਹੁੰਦਾ ਅਤੇ ਧਰਮ 'ਤੇ ਖਤਮ ਹੁੰਦਾ। ਇਸ ਉਮਰ ਦੇ ਵਿੱਚ ਇਹ ਤਾਲੀਮ ਹੋਣੀ ਵੀ ਇੱਕ ਬਹੁਤ ਵੱਡੀ ਗੱਲ ਹੈ ਨਾ। ਇਹਦਾ ਜਿਹੜਾ ਸਿਹਰਾ ਉਹ ਕਿਸ ਇਨਸਾਨ ਨੂੰ ਜਾਂਦਾ ਹੈ? ਸਿਹਰੇ ਜਿਵੇਂ ਆਪਣੀ ਪਹਿਲਾਂ ਗੱਲ ਹੋਈ ਨਾਨਾ ਜੀ ਨਾਲ, ਤਾਂ ਸ਼ੁਰੂ 'ਚ ਬਚਪਨ 'ਚ ਉਹਨਾਂ ਨੇ ਸਾਖੀਆਂ ਸੁਣਾਉਣੀਆਂ ਜਾਂ ਕੁਰਾਨ ਮਜੀਦ ਉਹਨਾਂ ਨੂੰ ਕੰਠ ਸੀਗਾ, ਤਾਂ ਉਹਨਾਂ ਨੇ ਹੋਰ ਕੋਈ ਗੱਲ ਨਹੀਂ ਕਹਿਣੀ, ਬੁਲਾ ਕੇ ਤਾਂ ਕੁਰਾਨ ਮਜੀਦ ਚੇਤੇ ਕਰਾਉਣਾ, ਸਾਖੀਆਂ ਉਹਨਾਂ ਨੇ ਆਪਣੇ ਆਇਤਾਂ ਯਾਦ ਕਰਾਉਣੀਆਂ, ਤਾਂ ਉਹੀ ਸ਼ੁਰੂ ਤੋਂ ਬਚਪਨ 'ਚ ਇੱਕ ਜਿਹੜੇ ਤੁਸੀਂ ਤਾਲੀਮ ਲੈਂਦੇ ਹੋ ਜਿਹੜੀ, ਉਹੀ ਤਾਲੀਮ ਤੁਹਾਡਾ ਇੱਕ ਆਧਾਰ ਬਣਦੀ ਆ, ਨੀਹਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਉੱਥੋਂ, ਉਹੀ ਨੀਹਾਂ ਤੋਂ ਇੱਕ ਮਕਾਨ ਦੀ ਉਸਾਰੀ ਹੁੰਦੀ ਆ ਫਿਰ। ਬਸ ਉਹੀ ਆ ਵੀ ਕਰਮ ਬਣ ਕੇ ਹੌਲੀ ਹੌਲੀ ਫੁੱਟਣ ਲੱਗ ਜਾਂਦਾ, ਅਤੇ ਜੋ ਬਚਪਨ 'ਚ ਤੁਸੀਂ ਹੰਢਾਇਆ ਜਾਂ ਦੇਖਿਆ ਜਾਂ ਪਰਖਿਆ
ਉਹ ਗੱਲਾਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਤੁਹਾਡੇ ਜੀਵਨ ਦਾ ਆਧਾਰ ਨੂੰ ਤੈਅ ਕਰਨ ਦੇ ਲਈ ਵੀ ਜੀਵਨ ਦੇ ਤੁਹਾਡੇ ਲਕਸ਼ ਕੀ ਹੋਣਗੇ, ਬਸ ਉੱਥੋਂ ਹੀ ਤੈਅ ਹੋ ਜਾਂਦਾ ਸਾਰਾ ਕੁਝ। ਜਦੋਂ ਮੈਂ ਤੁਹਾਨੂੰ ਫੋਨ ਕੀਤਾ ਕਿਸੇ ਤੋਂ, ਮੈਂ ਤੁਹਾਡਾ ਨੰਬਰ ਲਿਆ ਤਾਂ ਮੈਂ ਫੋਨ ਲਾਇਆ, ਫੋਨ 'ਤੇ ਆਰਤੀ ਚੱਲ ਰਹੀ ਸੀ, ਤਾਂ ਮੈਂ ਮਤਲਬ ਮੈਨੂੰ ਇਹ ਹੋਇਆ ਵੀ ਮੈਂ ਸਹੀ ਬੰਦੇ ਨੂੰ ਫੋਨ ਲਾਇਆ ਹੈ ਨਾ, ਕਿਉਂਕਿ ਤੁਸੀਂ ਇੱਕ ਮੁਸਲਿਮ ਪਰਿਵਾਰ ਦੇ ਵਿੱਚ ਪੈਦਾ ਹੋਏ ਹੋ। ਪਰ ਫਿਰ ਆਰਤੀ ਸੁਣਨੀ, ਫਿਰ ਤੁਹਾਡੇ ਜਦੋਂ ਮੈਂ ਜਾ ਕੇ ਇੱਕ ਕਵਿਤਾ ਪੜ੍ਹੀ ਉਹਦੇ 'ਤੇ ਤੁਸੀਂ ਇੱਕ ਤਸਵੀਰ ਲਾਈ ਹੋਈ ਆ ਕਿ ਮੁਗਲ ਨੇ ਜਿਹੜੇ ਹੈ ਨਾ ਨੇਜਿਆਂ 'ਤੇ ਸਰਦਾਰਾਂ ਦੇ ਸਿੱਖਾਂ ਦੇ ਜਿਹੜੇ ਸਿਰ ਟੰਗ ਕੇ ਲਿਜਾ ਰਹੇ ਨੇ, ਮਤਲਬ ਉੱਥੋਂ ਮੈਂ ਕਨਫਿਊਜ਼ ਹੋ ਗਈ ਵੀ ਵਾਕਿਆ ਮਤਲਬ ਮੈਂ ਨਵਾਬ ਨੂੰ ਮਿਲਣ ਜਾ ਰਹੀ ਹਾਂ ਜਾਂ ਇਹ ਜਿਹੜਾ ਫੋਨ ਆ ਮੈਂ ਨਵਾਬ ਨੂੰ ਲਾ ਰਹੀ ਹਾਂ। ਸਿੱਖ ਧਰਮ ਪ੍ਰਤੀ ਬਹੁਤ ਤੁਹਾਡੀ ਸ਼ਰਧਾ ਹੈ ਨਾ, ਜਿੰਨਾ ਤੁਸੀਂ ਆਪਣੇ ਧਰਮ ਦੇ ਬਾਰੇ ਜਿਹੜੀ ਤੁਹਾਡੇ ਅੰਦਰ ਇੱਕ ਇਲਾਹੀ ਚੀਜ਼ ਹੈ ਕਿ ਉਹਨੂੰ ਜਿੰਨਾ ਤੁਸੀਂ ਉੱਚਾ ਰੱਖਿਆ ਹੋਇਆ, ਬਿਲਕੁਲ ਉਸੇ ਬਰਾਬਰ ਤੁਸੀਂ ਜਿਹੜਾ ਸਿੱਖ ਧਰਮ ਪ੍ਰਤੀ ਰੱਖਦੇ ਹੋ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਆਇਆ, ਤੁਹਾਡੀ ਕਮਾਲ ਦੀਆਂ ਸਤਰਾਂ ਮੈਂ ਪੜ੍ਹੀਆਂ ਉੱਥੇ ਲਿਖੀਆਂ ਹੋਈਆਂ, ਇਹ ਜਿਹੜਾ ਨੇੜਾ ਇਹ ਕਿਉਂ ਤੁਹਾਨੂੰ ਇੰਨਾ ਜ਼ਿਆਦਾ ਮਹਿਸੂਸ ਹੁੰਦਾ? ਇਹ ਭੈਣੇ ਜਿਵੇਂ ਹੋ ਗਿਆ ਬਾਬਾ ਸ਼ੇਖ ਫਰੀਦ ਜੀ ਤੋਂ ਜਿਹੜੀ ਧਾਰਨ ਚੱਲੀ ਆਉਂਦੀ ਆ ਇੱਕ ਵੱਡੀ ਸਾਂਝ ਆ, ਮੈਨੂੰ ਲੱਗਦਾ ਹੁੰਦਾ ਵੀ ਮੱਸੇ ਜਕਰੀਏ ਅਤੇ ਅਮੀਰ ਮਨੂ ਦੀ ਨਫ਼ਰਤ ਤਾਂ ਸਿਰਫ ਪਾਣੀ 'ਤੇ ਲਕੀਰ ਆ, ਜਿਹੜੀਆਂ ਵੱਡੀਆਂ ਨੀਹਾਂ ਦੀ ਉਸਾਰੀ ਉਹਨਾਂ ਨੇ ਕਰਤੀ ਸਾਂਝਾਂ ਦੀਆਂ, ਉਹ ਸਦਾ ਹੀ ਆਬਾਦ ਰਹਿਣਗੀਆਂ ਅਤੇ ਕਾਇਮ ਰਹਿਣਗੀਆਂ। ਸਾਡੇ ਵਿੱਚ ਵੀ ਉਹ ਖੂਨਾਂ ਦੇ ਵਿੱਚ ਢਲ ਕੇ ਆ ਜਾਂਦੀਆਂ ਨੇ, ਪੰਜਾਬ ਦੀ ਆਬੋ ਹਵਾ ਦੇ ਵਿੱਚ ਉਹੀ ਬਾਬਾ ਫਰੀਦ ਜੀ ਦੇ ਸ਼ਬਦ ਤੈਰਦੇ ਨੇ, ਜਿਨ੍ਹਾਂ ਨੂੰ ਕੋਈ ਨਿਗਾਹ ਤੱਕਦੀ ਆ ਤਾਂ ਉਹ ਪ੍ਰਭਾਵਿਤ ਹੁੰਦੀ ਆ, ਉਹਨਾਂ ਤੋਂ ਉਹੀ ਤੁਸੀਂ ਗ੍ਰਹਿਣ ਕਰ ਲੈਂਦੇ ਹੋ, ਉਹੀ ਸਾਰਾ ਕੁਝ ਉਵੇਂ ਵਰਤਾਰੇ ਤਾਂ ਤੁਹਾਨੂੰ ਵਰਕ ਰਹਿੰਦਾ ਹੀ ਨੀਗਾ। ਮੌਲਾਨਾ ਰੂਮੀ ਸਾਹਿਬ ਦਾ ਇੱਕ ਕਥਨ ਬੜਾ ਕਮਾਲ ਆ, ਉਹ ਕਹਿੰਦੇ ਵੀ ਦੀਵੇ ਵੱਖਰੇ ਹੋ ਸਕਦੇ ਨੇ, ਤੇਲ ਵੱਖਰਾ ਹੋ ਸਕਦਾ ਕਿ ਬੱਤੀਆਂ ਵੀ ਵੱਖਰੀਆਂ ਹੋਣ, ਪਰ ਨਿਕਲਣ ਵਾਲੀ ਰੌਸ਼ਨੀ ਜਮ੍ਹਾਂ ਇੱਕੋ ਹੈ, ਬਿਲਕੁਲ ਫਰਕ ਨਹੀਂ ਰਹਿੰਦਾ। ਜੇ ਤੁਸੀਂ ਵੱਡੇ ਪੱਧਰ 'ਤੇ ਜਾ ਕੇ ਸੋਚੋਗੇ ਤਾਂ ਜਿਹੜੇ ਪਾੜੇ ਨੇਗੇ ਬਾਹਰੀ ਤੌਰ 'ਤੇ ਜਿਹੜੇ ਲਿਬਾਸ ਨੇਗੇ, ਬਾਹਰੀ ਲਿਬਾਸ ਸ਼ਰੀਅਤ ਵੱਖਰੀ ਹੋ ਸਕਦੀ, ਹਰੇਕ ਧਰਮ ਦੀ ਰਹਿਤ ਮਰਿਆਦਾ ਵੱਖਰੀ ਹੋ ਸਕਦੀ ਆ, ਪਰ ਜਦੋਂ ਅੱਖਾਂ ਬੰਦ ਕਰਕੇ ਅੰਦਰ ਨਿਗਾਹ ਮਾਰੋਗੇ ਤਾਂ ਬਿਲਕੁਲ ਇਹ ਤਬਦੀਲੀ ਹੈ ਨਹੀਂ, ਬਿਲਕੁਲ ਇਹ ਸਮਾਨ ਆ ਸਾਰਾ ਕੁਝ। ਵੀ ਸਿੱਖ ਕੋਈ ਸਿੱਖ ਇਜ਼ਮ ਨੂੰ ਬਿਲੋਂਗ ਉਹ ਕਰਦਾ ਹੈ, ਜਾਂ ਮੁਸਲਿਮ ਆ, ਕੋਈ ਅੱਖਾਂ ਬੰਦ ਕੇ ਦੇਖੂਗਾ ਅੰਦਰ ਤਾਂ ਕੋਈ ਪਹਿਰਾਵਾ ਹੀ ਨਹੀਂ, ਸਾਰਾ ਕੁਝ ਸਮਾਨ ਹੋ ਜਾਂਦਾ ਉੱਥੇ। ਆਲੇ ਦੁਆਲੇ ਦਾ ਕੋਈ ਜਾਂ ਪਰਿਵਾਰਾਂ ਦੇ ਵਿੱਚ ਜਦੋਂ ਆਪਾਂ ਸੋਸ਼ਲ ਮੀਡੀਆ 'ਤੇ ਜਾਂਦੇ ਹਾਂ ਨਾ, ਕਈ ਵਾਰੀ ਇਹ ਵੀ ਹੁੰਦਾ ਵੀ ਕੋਈ ਸਿੱਖ ਆ ਜਿਹੜਾ ਜਦੋਂ ਮੰਦਰ ਦੇ ਵਿੱਚ ਜਾ ਰਿਹਾ ਜਾਂ ਉਹਨੂੰ ਅਸੀਂ ਮਸਜਿਦ ਦੇ ਵਿੱਚ ਦੇਖ ਲੈਂਦੇ ਹਾਂ ਤਾਂ ਲੋਕਾਂ ਦੀ ਜਿਹੜੀ ਪ੍ਰਤੀਕਿਰਿਆ ਉਹ ਨਾ ਪੱਖੀ ਬਹੁਤ ਛੇਤੀ ਹੋ ਜਾਂਦੀ ਹੈ ਨਾ। ਲੋਕ ਕਹਿ ਦਿੰਦੇ ਆ ਵੀ ਦੇਖੋ ਜੀ ਇਹ ਸਿੱਖ ਹੋ ਕੇ ਦੂਜੇ ਧਰਮ ਦੇ ਅੱਗੇ ਜਾ ਕੇ ਸਿਰ ਝੁਕਾ ਰਿਹਾ, ਈਨ ਮੰਨ ਰਿਹਾ, ਪਰ ਜਦੋਂ ਉਹੀ ਅਸੀਂ ਕਿਸੇ ਮੁਸਲਿਮ ਵੀਰ ਨੂੰ ਦਰਬਾਰ ਸਾਹਿਬ ਦੇਖਦੇ ਹਾਂ ਜਾਂ ਫਿਰ ਅਸੀਂ ਕਿਸੇ ਹਿੰਦੂ ਪਰਿਵਾਰ ਨੂੰ ਦਰਬਾਰ, ਤਾਂ ਸਾਡਾ ਸਿਰ ਆ ਜਿਹੜਾ ਉਹ ਸਾਨੂੰ ਲੱਗਦਾ ਕਿ ਬਹੁਤ ਉੱਚਾ ਹੋ ਗਿਆ ਹੈ ਨਾ। ਤੁਹਾਡੇ ਬਾਰੇ ਵੀ ਕੋਈ ਐਵੇਂ ਦੀ ਪ੍ਰਤੀਕਿਰਿਆ, ਰਿਸ਼ਤੇਦਾਰ ਬਣਾ ਲੈਂਦੇ ਆ ਵੀ ਨਹੀਂ ਤੂੰ ਕਿਉਂ ਇਵੇਂ ਲਿਖ ਰਿਹਾ ਜਾਂ ਕਿਉਂ ਤੇਰੀ ਜਿਹੜੀ ਸੋਚ ਆ ਉਹ ਐਵੇਂ ਦੀ ਬਣੀ? ਹਾਂਜੀ ਹਾਂਜੀ, ਹੁੰਦਾ ਉਹ ਸਮਾਜ ਦਾ, ਕਿਉਂਕਿ ਕਾਫੀ ਹੁੰਦਾ, ਕਿਉਂਕਿ ਸਟੇਜਾਂ ਤੋਂ ਤੁਹਾਡੀ ਬੌਧਿਕ ਤਾਂ ਉਹ ਤੈਅ ਕਰ ਦਿੰਦੇ ਨੇ ਵੀ ਤੁਸੀਂ ਇੰਨਾ ਕੁ ਸੋਚੋਗੇ, ਸਾਰਾ ਕੁਝ ਤੈਅ ਪ੍ਰੀ ਪਲੈਂਡ ਤਰੀਕੇ ਨਾਲ ਕਹਿ ਸਕਦੇ ਹੋ ਤੁਸੀਂ। ਇੱਕ ਇਕਬਾਲ ਸਾਹਿਬ ਦਾ ਬੜਾ ਕਮਾਲ ਸ਼ੇਰ ਆ, ਉਹ ਕਹਿੰਦੇ ਵੀ ਥੇ ਤੋ ਬੁਆਬਾ ਤੁਮਾਰੇ ਹੀ ਮਗਰ ਤੁਮ ਕਿਆ ਹੋ, ਹੱਥ ਪੇ ਹੱਥ ਰੱਖੇ ਮੁੰਤਜ਼ਰੇ ਫਰਦਾ ਹੋ। ਸ਼ੇਖ ਫਰੀਦ ਜੀ ਦੇ ਪੈਰੋਕਾਰਾਂ 'ਚ ਜਦੋਂ ਐਵੇਂ ਦੀਆਂ ਗੱਲਾਂ ਆਉਣਗੀਆਂ ਤਾਂ ਉਦੋਂ ਫਿਰ ਪਾੜਿਆਂ ਦੀਆਂ ਗੱਲਾਂ ਜਿਹੜੀਆਂ ਹੋਣਗੀਆਂ ਰੂਹਾਨੀ ਉਹ ਤੋਂ ਦੂਰ ਲੈ ਜਾਣਗੀਆਂ ਸਾਨੂੰ, ਪਰ ਜਦੋਂ ਤੁਸੀਂ ਇੱਕ ਵੱਡੇ ਪੱਧਰ 'ਤੇ ਜਾ ਕੇ ਦੇਖੋਗੇ ਤਾਂ ਸਾਰਾ ਕੁਝ ਸਮਾਨ ਹੀ ਲੱਗੂਗਾ ਉੱਥੇ, ਤਾਂ ਉੱਥੇ ਫਰਕ ਰਹਿੰਦੇ ਨਹੀਂ। ਬਿਲਕੁਲ ਇਹੀ ਚੀਜ਼ਾਂ ਨੇ ਨਵਾਬ ਕਿ ਸਾਨੂੰ, ਮੈਨੂੰ ਵੀ ਲੱਗਦਾ ਹੁੰਦਾ ਵੀ ਸਾਨੂੰ ਧਰਮ ਬਹੁਤ ਪੜ੍ਹਾਇਆ ਜਾਂਦਾ, ਸਾਨੂੰ ਜਦੋਂ ਅਸੀਂ ਬਚਪਨ 'ਚ ਪੈਦਾ ਹੁੰਦੇ ਹਾਂ ਉਦੋਂ ਹੀ ਸਾਨੂੰ ਕਹਿ ਦਿੱਤਾ ਜਾਂਦਾ ਵੀ ਜ਼ਿੰਦਗੀ ਦੇ ਜੇ ਨਾਲ ਨਾਲ ਹੋਰ ਚੀਜ਼ਾਂ ਚੱਲਣਗੀਆਂ ਤਾਂ ਸਭ ਤੋਂ ਪਹਿਲਾਂ ਜਿਹੜਾ ਸਰੋਕਾਰ ਆ ਸਾਡਾ ਅਕਸਰ ਧਰਮ ਨਾਲ ਜੁੜਦਾ ਹੈ ਨਾ, ਪਰ ਧਰਮ ਦੀ ਅਸਲੀਅਤ ਨਹੀਂ ਸਾਨੂੰ ਪੜ੍ਹਾਈ ਜਾਂਦੀ। ਜਿਹੜੀ ਅਸਲੀਅਤ ਹੈ ਕਿ ਧਰਮ ਦਾ ਹਿੱਸਾ ਜਿਹੜਾ ਇਨਸਾਨੀਅਤ ਸਭ ਤੋਂ ਪਹਿਲਾਂ ਹੈ ਨਾ, ਉਹ ਸਾਨੂੰ ਨਹੀਂ ਪੜ੍ਹਾਈ ਜਾਂਦੀ, ਜਿਹੜੀ ਮੈਨੂੰ ਤੁਹਾਡੀ ਕਵਿਤਾ ਦੇ ਵਿੱਚ ਦਿਸਦੀ ਆ ਹੈ ਨਾ, ਕਿ ਸ਼ਾਇਦ ਤੁਸੀਂ ਆਪਣੇ ਸ਼ਬਦਾਂ ਦੇ ਜ਼ਰੀਏ ਜੋ ਤੁਹਾਡੀ ਸ਼ਖਸੀਅਤ ਦੇ ਵਿੱਚ ਆ ਉਹ ਲੋਕਾਂ ਸਾਹਮਣੇ ਤੁਸੀਂ ਭੇਜਣਾ ਚਾਹੁੰਦੇ ਹੋ। ਮੈਂ ਇਸ ਟੌਪਿਕ 'ਤੇ ਬਹੁਤੀ ਜ਼ਿਆਦਾ ਗੱਲ ਨਹੀਂ ਕਰੂੰਗੀ, ਪਰ ਫਿਰ ਵੀ ਇੱਕ ਸਵਾਲ ਆ ਜਿਹੜਾ ਮੇਰੇ ਮਨ 'ਚ ਆ। ਕੱਲ੍ਹ ਮੈਂ ਤੁਹਾਡੇ ਕਿਸੇ ਜਿਹੜੇ ਸਾਥੀ ਜਿਹੜੇ ਤੁਹਾਡੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਨਾਲ ਪੜ੍ਹੇ ਨੇ ਉਹਨਾਂ ਨਾਲ ਗੱਲ ਕਰ ਰਹੀ ਸੀ, ਤਾਂ ਉਹਨਾਂ ਦਾ ਕਹਿਣਾ ਸੀ ਕਿ ਅੱਜ ਕੱਲ੍ਹ ਨਵਾਬ ਚਰਚ ਵੀ ਜਾ ਰਿਹਾ, ਨਵਾਬ ਨੂੰ ਤੁਸੀਂ ਮਸਜਿਦ 'ਚ ਵੇਖੋਗੇ ਤਾਂ ਗੁਰਦੁਆਰਾ ਸਾਹਿਬ 'ਚ ਉਸ ਤੋਂ ਵੀ ਵੱਧ ਵੇਖੋਗੇ ਹੈ ਨਾ। ਮਤਲਬ ਇਹ ਇੱਕ ਇੱਛਾ ਹੈ ਕਿ ਹਰ ਧਰਮ ਨੂੰ ਨੇੜਿਓਂ ਵੇਖਣਾ ਜਾਂ ਫਿਰ ਬੌਧਿਕ ਲੈਵਲ ਆ ਜਿਹੜਾ ਇੰਨਾ ਉੱਚਾ ਚੱਲਿਆ ਗਿਆ ਕਿ ਉਹਨੂੰ ਲੱਗਦਾ ਵੀ ਸਾਰੇ ਧਰਮ ਹੀ ਇੱਕ ਨੇ। ਹਾਂਜੀ ਹਾਂਜੀ, ਕਿਉਂਕਿ ਜਦੋਂ ਤੁਸੀਂ ਅਧਿਐਨ ਕਰਦੇ ਹੋ ਪੂਰਾ, ਮੈਂ ਕਈ ਵਾਰ ਸੂਰ ਕੁਰਾਨ ਮਜੀਦ ਦੀ ਸੂਰਤ ਇਖਲਾਸ ਅਤੇ ਜਾਪ ਸਾਹਿਬ ਦਾ ਪੜ੍ਹਿਆ ਜਦੋਂ ਤਾਂ ਮੈਨੂੰ ਲੱਗਿਆ ਬਿਲਕੁਲ ਜਿਵੇਂ ਗੁਰਮੁਖੀ 'ਚ ਅਨੁਵਾਦ ਹੋਇਆ ਹੋਵੇ ਸੂਰਤ ਇਖਲਾਸ ਦਾ, ਤਾਂ ਉਦੋਂ ਬਿਲਕੁਲ ਫਰਕ ਨਹੀਂ ਰਹਿੰਦਾ ਹੈਗਾ
ਜੋ ਤੁਸੀਂ ਬੌਧਿਕ ਪੱਧਰ ਤੋਂ ਹਰੇਕ ਬੌਧਿਕ ਕਸੌਟੀਆਂ ਤੋਂ ਪਰਖੀ ਜਾਓਗੇ ਕਿਸੇ ਵੀ ਗੱਲ ਨੂੰ ਤਾਂ ਤੁਹਾਨੂੰ ਪਾੜੇ 'ਤੇ ਫਰਕ ਨਜ਼ਰ ਆਉਣਗੇ ਉਦੋਂ। ਪਰ ਜਦੋਂ ਜੋ ਤੁਸੀਂ ਉੱਪਰ ਜਾ ਕੇ ਥੋੜ੍ਹਾ ਜਿਹਾ ਸੋਚੋਗੇ ਤਾਂ ਉੱਥੇ ਬਿਲਕੁਲ ਸਮਾਨ ਹੋ ਜਾਂਦਾ, ਕੋਈ ਜਿਹੜੀਆਂ ਦਰਾਰਾਂ ਨੇ ਜਾਂ ਪਾੜੇ ਨੇ ਲਾਈਨਾਂ ਨੇ ਲਕੀਰਾਂ ਨੇ ਸਾਰੀਆਂ ਹੱਦਬੰਦੀਆਂ ਖਤਮ ਹੋ ਜਾਂਦੀਆਂ ਨੇ ਉੱਥੇ। ਤਾਂ ਹੁੰਦਾ ਵੀ ਬਾਈਬਲ ਵੀ ਪੜ੍ਹੀ ਅਤੇ ਕੁਰਾਨ ਵੀ, ਤਾਂ ਸਾਰਾ ਕੁਝ ਵੀ ਪਰਖਿਆ ਦੇਖਿਆ ਪਰਖਿਆ ਜਾਵੇ ਵੀ ਜੋ ਵਾਕਈ ਜੋ ਦਿਖਾਇਆ ਜਾ ਰਿਹਾ ਕੀ ਉਹੀ ਆ। ਜਦੋਂ ਪੜ੍ਹ ਕੇ ਹੈਰਾਨ ਹੋਈਦਾ ਵੀ ਇਹ ਤਾਂ ਸਾਰਾ ਕੁਝ ਵਰਤਾਰਾ ਜੋ ਵੀ ਆ ਸਾਰਾ ਬੌਧਿਕ ਆ, ਵੀ ਜੋ ਵੀ ਦਿਖਾਇਆ ਜਾ ਰਿਹਾ ਦਿਖਾਇਆ ਕੁਝ ਹੋਰ ਜਾ ਰਿਹਾ ਅਤੇ ਹਕੀਕਤ ਕੁਝ ਹੋਰ ਹੈ। ਤੁਹਾਡੀ ਕਵਿਤਾ ਦੇ ਵਿੱਚ ਉਰਦੂ ਅਤੇ ਫਾਰਸੀ ਦਾ ਬਹੁਤ ਜ਼ਿਆਦਾ ਜਿਹੜਾ ਹੈ ਨਾ ਹਿੱਸਾ ਹੈ, ਸਾਰੀਆਂ ਭਾਸ਼ਾਵਾਂ ਇਹ ਆਉਂਦੀਆਂ ਨੇ ਤੁਹਾਨੂੰ, ਜਿਵੇਂ ਉਰਦੂ ਫਾਰਸੀ ਕਹਿ ਲਵਾਂ ਹੈ ਨਾ, ਇਹਨਾਂ ਚੀਜ਼ਾਂ ਨਾਲ ਪੰਜਾਬੀ ਅੰਗਰੇਜ਼ੀ ਇਹ ਤਾਂ ਜਿਹੜੀ ਸਾਡੀ ਤਾਲੀਮ ਦੇ ਵਿੱਚ ਸ਼ਾਮਿਲ ਹੀ ਹੁੰਦੀ ਆ, ਮਤਲਬ ਉਹ ਇਹਨਾਂ ਭਾਸ਼ਾਵਾਂ ਨਾਲ ਵਾਹ ਪੈ ਰਿਹਾ। ਹਾਂਜੀ ਹਾਂਜੀ, ਅਰਬੀ ਦੀ ਮੈਂ ਤਾਲੀਮ ਲੈ ਰਿਹਾ ਹੁਣ ਰੈਗੂਲਰ, ਪਹਿਲਾਂ ਵਿੱਚ ਦੀ ਗੈਪ ਪੈ ਗਿਆ ਸੀਗਾ, ਹੁਣ ਰੈਗੂਲਰ ਸਟਾਰਟ ਕਰੀ ਗਿਆ। ਉਹੀ ਸ਼ਬਦ ਜਿਹੜੇ ਤੁਸੀਂ ਬਚਪਨ 'ਚੋਂ ਜਾਂ ਸੁਣੇ ਜਾਂ ਤੁਹਾਡੇ ਅੰਦਰ ਖੂਨ 'ਚ ਢਲ ਕੇ ਆ ਜਾਂਦੇ ਨੇ, ਉਹੀ ਫਿਰ ਤੁਸੀਂ ਕਵਿਤਾ ਦੇ ਵਿੱਚ ਆਪ ਮੁਹਾਰਿਓ, ਰਵਾਨੀ ਸ਼ਬਦ ਸਾਰਾ ਕੁਝ ਕਮਾਲ ਕਵਿਤਾ ਆਪ ਮੁਹਾਰਿਓ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ ਕਵਿਤਾ 'ਚ। ਕਹਿੰਦੇ ਨੇ ਵੀ ਲਿਖਣਾ ਜਿਹੜਾ ਅਸੀਂ ਕਿਸੇ ਨੂੰ ਸਿਖਾ ਨਹੀਂ ਸਕਦੇ ਹੈ ਨਾ, ਲਿਖਣਾ ਬਿਲਕੁਲ ਉਵੇਂ ਹੀ ਹੁੰਦਾ ਜਿਵੇਂ ਅਸੀਂ ਦੁਨੀਆਂ 'ਤੇ ਜਦੋਂ ਪੈਦਾ ਹੁੰਦੇ ਹਾਂ ਤਾਂ ਸਾਨੂੰ ਗੁੜਤੀ ਮਿਲਦੀ ਹੈ, ਤਾਂ ਉਸੇ ਕਹਿੰਦੇ ਹਾਂ ਕਿ ਆਪਾਂ ਉਸੇ ਗੁੜਤੀ ਤਰ੍ਹਾਂ ਹੀ ਮਤਲਬ ਸਾਡੇ ਅੰਦਰ ਹੀ ਰਚਿਆ ਹੁੰਦਾ ਹੈ। ਤੁਹਾਨੂੰ ਜਿਹੜੀ ਇਹ ਚਿਟਕ ਆ ਇਹ ਕਿਵੇਂ ਲੱਗੀ, ਕਿਹਨੂੰ ਆ ਜਿਹਨੂੰ ਸਭ ਤੋਂ ਜ਼ਿਆਦਾ ਪੜ੍ਹਦੇ ਹੋ ਵੀ ਪੜ੍ਹ ਕੇ ਲੱਗਿਆ ਵੀ ਹਾਂ ਇੱਕ ਦਿਨ ਮੈਂ ਐਵੇਂ ਲਿਖਣਾ ਹੈ? ਹਾਂਜੀ, ਸ਼ੁਰੂਆਤ 'ਚ ਮੈਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਬਹੁਤ ਪੜ੍ਹਿਆ, ਤਕਰੀਬਨ ਉਹਨਾਂ ਦੀ ਰੰਗਤ ਵੀ ਉਵੇਂ ਦੇ ਜਦੋਂ ਨੀਹਾਂ ਸ਼ੁਰੂ ਤੋਂ ਤੁਸੀਂ ਕਹਿ ਦਿਓ ਜਾਂ ਲਿਖਣਾ ਸ਼ੁਰੂ ਹੁੰਦੇ ਹੋ ਜਦ ਇੱਕ ਤੁਕਬੰਦੀ ਹੁੰਦੀ ਹੈ ਜੇ ਤੁਕਾਂਤ ਹੁੰਦਾ ਤਾਂ ਤੁਸੀਂ ਕੋਈ ਅਜੀਜ਼ ਸ਼ਾਇਰ ਹੁੰਦਾ ਤੁਹਾਡਾ ਤਾਂ ਉਹਨੂੰ ਪੜ੍ਹਿਆ ਤੁਸੀਂ ਉਹਦੇ ਵਾਂਗ ਬਣਨ ਦੀ ਕੋਸ਼ਿਸ਼ ਕਰਦੇ ਹੋ, ਪਰ ਹੌਲੀ ਹੌਲੀ ਜਦੋਂ ਤੁਸੀਂ ਪੂਰੀ ਕਾਵਧਾਰਾ ਦੇ ਵਿੱਚੋਂ ਵਿਚਰ ਜਾਂਦੇ ਹੋ ਤਾਂ ਉਹ ਸਾਰੇ ਖਿਆਲ ਤੁਹਾਡੇ ਅੰਦਰ ਢਲ ਕੇ ਆਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਹੌਲੀ ਹੌਲੀ ਉਹਨਾਂ ਦਾ ਹੀ ਪੁਨਰ ਰੂਪਾਂਤਰਣ ਹੋਣਾ ਸ਼ੁਰੂ ਹੋ ਜਾਂਦਾ ਤੁਹਾਡੇ ਅੰਦਰੋਂ, ਇੱਕ ਮੌਲਿਕਤਾ ਫਿਰ ਕਹਿ ਸਕਦੇ ਹੋ ਬੇਸ਼ੱਕ ਨੂੰ ਤੁਸੀਂ ਵੀ ਉਹ ਉਤਪੰਨ ਹੁੰਦੀ ਹੈ ਤੁਹਾਡਾ ਜਿਹੜਾ ਸਾਰੇ ਰੰਗਾਂ ਦਾ ਸਮੁੱਚ ਜਦੋਂ ਤੁਹਾਡੇ ਅੰਦਰ ਸਮਾ ਜਾਂਦਾ ਤਾਂ ਤੁਹਾਡਾ ਇੱਕ ਆਪਣਾ ਵੱਖਰਾ ਰੰਗ ਪੈਦਾ ਹੁੰਦਾ। ਸ਼ਿਵ ਕੁਮਾਰ ਬਟਾਲਵੀ ਹੋਣਾ ਤੋਂ ਮਤਲਬ ਬਾਅਦ ਜਾਂ ਉਸ ਤੋਂ ਪਹਿਲਾਂ ਕਹਾਂ ਕਿ ਕਿਹਨੂੰ ਤੁਹਾਨੂੰ ਲੱਗਦਾ ਕਿ ਇਹ ਮੇਰੇ ਪਸੰਦੀਦਾ ਨੇ ਇਹਨਾਂ ਨੂੰ ਵੀ ਮੈਂ ਪੜ੍ਹਾਂ? ਹਾਂਜੀ, ਉਸ ਤੋਂ ਬਾਅਦ ਬਾਬੇ ਵਾਰਿਸ ਨੂੰ ਕਾਫੀ ਪੜ੍ਹਿਆ, ਹੀਰ ਤਾਂ ਹੁਣ ਵੀ ਤਕਰੀਬਨ ਪੜ੍ਹੀ ਜਾਂਦੀ, ਜਿੰਨੀ ਵਾਰ ਤੁਸੀਂ ਪੜ੍ਹਦੇ ਉੱਨੀ ਵਾਰ ਵਿਸ਼ਾਲਤਾ ਉਹਦੀ ਇੰਨੀ ਆ ਵੀ ਕੁਝ ਨਾ ਕੁਝ ਨਵਾਂ ਨਿਕਲਦਾ ਹੈ। ਸ਼ਿਵ ਕੁਮਾਰ ਹੋਣਾ ਦੀ ਜਦੋਂ ਵੀ ਕਿਤੇ ਗੱਲ ਚੱਲਦੀ ਹੈ ਤਾਂ ਉਹ ਇਹ ਕਿਹਾ ਜਾਂਦਾ ਵੀ ਉਹ ਨੌਜਵਾਨਾਂ ਦੇ ਸ਼ਾਇਰ ਨੇ ਹੈ ਨਾ, ਨੌਜਵਾਨ ਪੀੜ੍ਹੀ ਆ ਜਿਹੜੀ ਉਹਨਾਂ ਨੂੰ ਸਭ ਤੋਂ ਵੱਧ ਪੜ੍ਹਦੀ ਆ। ਉਹ ਤੁਹਾਡੀ ਕਵਿਤਾ ਵੀ ਸੁਣਾਂਗੇ, ਪਰ ਕੋਈ ਕਵਿਤਾ ਯਾਦ ਆ ਉਹਨਾਂ ਦੀ ਜਿਹੜੀ ਤੁਸੀਂ ਮਤਲਬ ਸੁਣਾਉਣੀ ਚਾਹੋ ਸਾਡੇ ਸਰੋਤਿਆਂ ਨੂੰ? ਇੱਕ ਵੱਡੀ ਤਰਾਸਦੀ ਬਣੇ ਇਹ ਆ ਵੀ ਉਹਨਾਂ ਨੂੰ ਬਿਰਹਾਂ ਨਾਲ ਜੋੜ ਲਿਆ ਜਾਂਦਾ ਇਕੱਲਾ, ਕਿਉਂਕਿ ਬਿਰਹਾਂ ਤੋਂ ਹਟ ਕੇ ਉਹਨਾਂ ਨੇ ਕਾਫੀ ਜਿਵੇਂ ਆਰਤੀ ਆਪਣੇ ਗੁਰੂ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਨਾਂ ਨੇ ਲਿਖੀ ਉਹ, ਅਤੇ ਉਹ ਕਮਾਲ ਆ ਉਹ ਜਣ ਦੀ ਕਾਫੀ ਇੱਕ ਤਰੀਕੇ ਨਾਲ ਬੰਨ ਲਿਆ ਜਾਂਦਾ ਉਹਨਾਂ ਦੀ ਛਬੀ ਜੀ ਬਣ ਗਈ ਵੀ ਉਹ ਬਿਰਹਾਂ ਦੇ ਸੁਲਤਾਨ ਕਿਹਾ। ਹਾਂਜੀ ਹਾਂਜੀ ਹਾਂਜੀ, ਪਰ ਹੋਰ ਕਾਫੀ ਰੋਮਾਂਸ ਬੇਸ਼ੱਕ ਕਹਿ ਸਕਦੇ ਹੋ ਤੁਸੀਂ, ਅਤੇ ਉਹ ਵੀ ਉਹਨਾਂ ਦੇ ਝਲਕਦਾ ਕਮਾਲ। ਕੋਈ ਕਵਿਤਾ ਸੁਣਾ ਦਿਓ ਫਿਰ ਸਾਨੂੰ ਉਹਨਾਂ ਦੀ। ਹਾਂਜੀ, ਉਹਨਾਂ ਦਾ ਸੀਗਾ ਇੱਕ, ਉਹ ਮੈਨੂੰ ਬੜੀ ਪਿਆਰੀ ਲੱਗਦੀ ਆ। ਸ਼ਾਮ ਦੀ ਮੈਂ ਫਿੱਕੀ ਫਿੱਕੀ ਉੱਡੀ ਉੱਡੀ ਧੁੰਦ ਵਿੱਚੋਂ ਨਿੰਮੇ ਨਿੰਮੇ ਟਾਵੇਂ ਟਾਵੇਂ ਤਾਰੇ ਪਿਆ ਦੇਖਦਾ, ਮੈਂ ਵੀ ਅੱਜ ਰਾਂਝੇ ਵਾਂਗੂ ਹੀਰ ਖੇੜੀ ਤੋਰ ਕੇ ਸੁੰਨੇ ਸੁੰਨੇ ਆਪਣੇ ਹਜ਼ਾਰੇ ਪਿਆ ਦੇਖਦਾ। ਪੌਣ ਦੇ ਫਰਾਟੇ ਮੇਰੇ ਕੋਲੋਂ ਰੋਂਦੇ ਲੰਘ ਰਹੇ ਨੇ, ਜਾਪਦੇ ਨੇ ਜਿਵੇਂ ਦੇ ਰਹੇ ਨੇ ਅਲੂਣੀਆਂ। ਪਿੱਪਲੀ ਦਾ ਰੁੱਖ ਜਿਹਦੇ ਥੱਲੇ ਦੋਵੇਂ ਬੈਠਦੇ ਸਾਂ, ਉਹਦੀਆਂ ਅਯਾਲੀ ਕਿਸੇ ਛਾਂਗ ਲਈਆਂ ਟਾਹਣੀਆਂ। ਬੜਾ ਕਮਾਲ, ਇਹ ਮੈਨੂੰ ਕਾਫੀ ਉਹਨਾਂ ਦੀ ਨਹੀਂ ਬਹੁਤ ਸੋਹਣੀ ਆ। ਮਤਲਬ ਇਹ ਹੈ ਕਿ ਸ਼ਿਵ ਕੁਮਾਰ ਹੋਣਾ ਸਮੁੱਚੇ ਕਮਾਲ ਆ ਉਹਨਾਂ ਦਾ, ਬਿਲਕੁਲ ਉਹਨਾਂ ਦੀ ਇੱਕ ਇੱਕ ਸਤਰ ਵੀ ਜਿਹੜੀ ਹੁੰਦੀ ਸੀ ਤਾਂ ਮਤਲਬ ਉਹ ਪੜ੍ਹਨ ਵਾਲੇ ਨੂੰ ਹੈ ਨਾ ਟੁੰਬਦੀ ਆ ਬਹੁਤ ਜ਼ਿਆਦਾ। ਬਹੁਤ ਸਾਰੇ ਨੌਜਵਾਨਾਂ ਨੂੰ ਉਂਗਲਾਂ 'ਤੇ ਯਾਦ ਹੁੰਦੇ ਨੇ ਉਹਨਾਂ ਦੇ ਸ਼ੇਅਰ, ਉਹਨਾਂ ਦੀਆਂ ਗਜ਼ਲਾਂ। ਨਵਾਬ, ਤੁਸੀਂ ਪਿਛਲੀ ਵਾਰੀ ਜਦੋਂ 2019 'ਚ ਹੈ ਨਾ ਕਲਮ ਪੰਜਾਬ ਦੀ ਵੱਲੋਂ ਜਿਹੜਾ ਸਮਾਗਮ ਕਰਾਇਆ ਗਿਆ ਸੀ ਉੱਥੇ ਤੁਹਾਡੀ ਕਵਿਤਾ ਨੂੰ ਪਹਿਲਾ ਸਥਾਨ ਮਿਲਿਆ ਹੈ ਨਾ, ਉਸ ਕਵਿਤਾ ਨੂੰ ਜਿਹਨੂੰ ਹਲੇ ਤੱਕ ਮਤਲਬ ਕਹਿ ਦਿੰਦੇ ਨੇ ਲੋਕ ਵੀ ਜਦੋਂ ਤੱਕ ਕਿਤਾਬ ਨਹੀਂ ਛਪਦੀ ਤੁਹਾਡੀ ਹੈ ਨਾ ਤਾਂ ਤੁਹਾਨੂੰ ਪ੍ਰਮਾਣਿਤ ਲੇਖਕ ਨਹੀਂ ਮੰਨਿਆ ਜਾਂਦਾ, ਪਰ ਉੱਥੇ ਬਹੁਤ ਸਾਰੇ ਲੋਕਾਂ ਨੇ, ਕਿਉਂਕਿ ਮੈਂ ਖੁਦ ਉੱਥੇ ਸ਼ਾਮਿਲ ਸੀ ਤਾਂ ਮੈਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਕਵਿਤਾਵਾਂ ਭੇਜੀਆਂ ਹੋਈਆਂ ਸੀ ਅਤੇ ਉਹਦੇ ਵਿੱਚੋਂ ਤੁਹਾਨੂੰ ਪਹਿਲਾ ਸਥਾਨ ਮਿਲਿਆ, ਉਹ ਕਿਹੜੀ ਕਵਿਤਾ ਸੀਗੀ? ਮਤਲਬ ਮੈਂ ਚਾਹੂੰਗੀ ਵੀ ਸਾਡੇ ਦਰਸ਼ਕਾਂ ਨੂੰ ਪਤਾ ਚੱਲੇ ਵੀ ਤੁਹਾਡੀ ਕਵਿਤਾ ਦਾ ਜਿਹੜਾ ਪੱਧਰ ਉਹ ਕਿੱਥੇ ਤੱਕ ਆ। ਮੈਂ ਚਾਹੂੰਗੀ ਵੀ ਕਿਸੇ ਵੀ ਕਵਿਤਾ ਦੀਆਂ ਤੁਸੀਂ ਥੋੜ੍ਹੀਆਂ ਜਿਹੀਆਂ ਸਤਰਾਂ ਜ਼ਰੂਰ ਸੁਣਾਓ। ਤਰਨਮ 'ਚ ਵੀ ਕਵਿਤਾ ਕਰਦੇ ਹਾਂ ਤਕਰੀਬਨ? ਨਹੀਂ ਜੀ। ਅੱਛਾ, ਹਾਂਜੀ ਹਾਂਜੀ, ਅਤੇ ਇੱਕ ਸੀਗਾ ਹੁਣ ਜਿਹੜਾ ਵਰਤਾਰਾ ਤਕਰੀਬਨ ਹੁੰਦਾ ਸਾਰਾ ਬੌਧਿਕ ਪੱਧਰ ਤੋਂ ਜੋ ਵੀ ਸਾਖੀਆਂ 'ਤੇ ਤਰਕ ਹੋ ਗਏ ਜਾਂ ਪੈਗੰਬਰਾਂ 'ਤੇ ਤਰਕ ਹੋ ਗਏ, ਉਹ ਸੀਗੀ ਉਹਦੇ ਇੱਕ ਸ਼ੇਅਰ ਲਿਖਿਆ ਸੀ ਕਿ
ਕਿ ਕਿਵੇਂ ਸੁਣ ਤੇ ਸਮਾਧੀਆਂ 'ਚ ਗੂੰਜਦੇ ਨੇ ਸਾਜ਼, ਕਿਵੇਂ ਅੰਤ ਹੀ ਹਕੀਕਤਾਂ 'ਚ ਹੁੰਦੇ ਨੇ ਆਗਾਜ਼, ਕਿਹੇ ਹੁਮਾਂ ਕੋਲ ਕੌਤਕ ਕੇ ਬਖਸ਼ਦਾ ਤਾਜ, ਕਿਵੇਂ ਪਲਕਾਂ ਦੇ ਫੋਰ ਹੁੰਦੇ ਸਫਰੇ ਮਿਰਾਜ਼, ਦਮ ਅਕਲਾਂ ਨੇ ਤੋੜੇ ਤੇਰੀ ਰਮਜ਼ ਵਿਰਾਟ, ਕਦੋਂ ਤਰਕਾਂ ਨੇ ਨਾਪੀਏ ਪੈਗੰਬਰਾਂ ਦੀ ਵਾਟ। ਬਿਲਕੁਲ, ਬਹੁਤ ਬਹੁਤ ਖੂਬਸੂਰਤ ਹੈ ਇਹ, ਮਤਲਬ ਇਹ ਮੈਂ ਕਿੰਨੀਆਂ ਕੁ ਤਸਵੀਰਾਂ ਦੇ ਉੱਤੇ ਪ੍ਰਿੰਟ ਹੋਈ ਵੇਖੀ ਹੈ ਇਹ ਸਤਰ, ਮੈਨੂੰ ਹੈ ਨਾ ਨਹੀਂ ਪਤਾ, ਸ਼ਾਇਦ ਉਹ ਲੋਕ ਜਿਹੜੇ ਬਹੁਤ ਧਰਮ ਨਾਲ ਜੁੜੇ ਹੁੰਦੇ ਨੇ, ਸ਼ਰਧਾ ਰੱਖਦੇ ਨੇ, ਜਿਨ੍ਹਾਂ ਨੇ ਸਾਡੇ ਧਰਮ 'ਚ ਵੀ ਕਹਿ ਲਵਾਂ ਜਾਂ ਹਰ ਇੱਕ ਧਰਮ ਦੀਆਂ ਇੱਕ ਕੁਰਬਾਨੀਆਂ ਹੁੰਦੀਆਂ ਨੇ, ਹੈ ਨਾ, ਉਹਨਾਂ ਨਾਲ ਸ਼ਿੱਦਤ ਨਾਲ ਉਹ ਲੋਕ ਜੁੜੇ ਹੋਏ ਨੇ, ਤਾਂ ਉਹ ਹਰ ਬੰਦੇ ਨੇ ਇਹ ਸਤਰ ਆ ਜਿਹੜੀ ਕਿਸੇ ਨਾ ਕਿਸੇ ਤਸਵੀਰ 'ਤੇ ਲਿਖੀ ਹੋਈ ਆ। ਕਦੇ ਕਦੇ ਗੁੱਸਾ ਉੱਠਦਾ ਮਨ ਦੇ ਵਿੱਚ ਵੀ, ਜਿਹੜਾ ਕੁਛ ਅੱਜ ਦਿੱਲੀ 'ਚ ਵੀ ਹੋ ਰਿਹਾ, ਹੈ ਨਾ, ਜਿਹੜਾ ਕੁਛ ਵਿਦਿਆਰਥੀਆਂ ਨਾਲ ਵੀ ਹੋਇਆ। ਇੱਕ ਦੋ ਕੁ ਸਤਰਾਂ ਅੱਜ ਹੀ ਤੁਹਾਡੀਆਂ ਪੜ੍ਹ ਕੇ ਆ ਰਹੀ ਸੀ ਕਿ ਜਦੋਂ, ਹੈ ਨਾ, ਇਨਸਾਨੀਅਤ ਨੂੰ ਮਾਰ ਕੇ ਫਿਰ ਜਦੋਂ ਨਾਅਰੇ ਲੱਗਦੇ ਨੇ ਜੈ ਸ਼੍ਰੀ ਰਾਮ ਦੇ, ਤਾਂ ਉਹ ਚੀਜ਼ਾਂ ਤੁਹਾਨੂੰ ਦੁੱਖ ਦਿੰਦੀਆਂ ਨੇ, ਇਹ ਇਹਨਾਂ ਚੀਜ਼ਾਂ 'ਤੇ ਪ੍ਰਤੀਕਿਰਿਆ ਹੁੰਦੀ ਆ ਮਨ 'ਚ ਵੀ, ਇਹ ਸਭ ਕੀ ਹੋ ਰਿਹਾ ਸਾਡੇ ਨਾਲ। ਹਾਂਜੀ ਹਾਂਜੀ, ਬਿਲਕੁਲ ਵੀ ਇੱਕ ਪ੍ਰੀ ਪਲੈਨਡ ਤੁਸੀਂ ਇਹਨੂੰ ਕਹਿ ਸਕਦੇ ਹੋ, ਕਿਉਂਕਿ ਮਰਿਆਦਾ ਪੁਰਸ਼ੋਤਮ ਦੀ ਸ਼੍ਰੀ ਰਾਮ ਚੰਦਰ ਜੀ ਦੀ ਕਿਸਮ ਗੱਲ ਆਉਂਦੀ ਹੈ, ਸਾਰੀਆਂ ਮਰਿਆਦਾਵਾਂ ਦੀ ਉਲੰਘਣਾ ਕਰਕੇ ਮਰਿਆਦਾ ਪੁਰਸ਼ੋਤਮ ਦੇ ਨਾਮ ਦੇ ਨਾਅਰੇ ਲੱਗਦੇ ਨੇ। ਤੁਸੀਂ ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਸਾਰੀਆਂ ਮਰਿਆਦਾਵਾਂ ਨੂੰ ਉਲੰਘ ਕੇ ਅਸੀਂ ਉਹਨਾਂ ਦੇ ਨਾਮ ਦੇ ਨਾਅਰੇ ਲਗਾ ਰਹੇ ਹਾਂ। ਜੇ ਨਾਅਰੇ ਲਗਾ ਰਹੇ ਹਾਂ ਤਾਂ ਉਹ ਹਾਣ ਦੇ ਹੋਣ ਦੀ ਵੀ ਕੋਸ਼ਿਸ਼ ਕਰੀਏ ਉੱਥੇ ਤੱਕ, ਵੀ ਜਿੱਥੇ ਤੱਕ ਉਹਨਾਂ ਦਾ ਰਹੱਸ ਆ, ਜਾਂ ਦੇਖਣ ਪਰਖਣ ਦੀ ਕੋਸ਼ਿਸ਼ ਕਰੀਏ ਵੀ ਵਾਕਈ ਜੋ ਦਿਖਾਇਆ ਜਾ ਰਿਹਾ ਉਹੀ ਆ, ਜਾਂ ਅਸੀਂ ਤਾਂ ਕਿਸੇ ਹੋਰ ਮਾਹੌਲ 'ਚ ਵਿਚਰ ਰਹੇ ਹਾਂ, ਵੀ ਕੁਝ ਦਿਖਾਇਆ ਹੋਰ ਜਾ ਰਿਹਾ, ਸਾਨੂੰ ਕਿਹੜੇ ਰਾਹੇ ਤੋਰਿਆ ਜਾ ਰਿਹਾ, ਵੀ ਹਕੀਕਤਾਂ ਕੀ ਨੇ। ਜਦੋਂ ਦੇਖਣਗੇ ਪਰਖਣਗੇ ਡੂੰਘਾਈਆਂ 'ਚ ਜਾ ਕੇ ਉਹਨੂੰ ਵਿਚਾਰਨਗੇ ਤਾਂ ਤਕਰੀਬਨ ਫਿਰ ਸਮਾਨ ਲੱਗਣ ਲੱਗ ਜੂਗਾ ਸਾਰਾ ਕੁਝ, ਕਿਉਂਕਿ ਬੌਧਿਕਤਾ ਇਹਨਾਂ ਦੀ ਹੁੰਦੀ ਆ, ਜਿਹੜੀ ਇੱਕ ਇਲਮ ਉਹ ਆ ਜਿਹੜਾ ਤੁਹਾਨੂੰ ਸਰਕਾਰ ਸੌਂਪ ਰਹੀ ਆ ਜਾਂ ਪੜ੍ਹਾ ਰਹੀ ਹੈ, ਅਤੇ ਇੱਕ ਇਲਮ ਉਹ ਆ ਜਿਹੜਾ ਤੁਸੀਂ ਆਪ ਪੜ੍ਹਨਾ ਸਿੱਖਣਾ, ਜਿਹੜਾ ਤੁਸੀਂ ਆਪ ਪੜ੍ਹਨਾ ਉਹ ਇਲਮ ਦੇ ਉੱਤੇ ਸਰਕਾਰ ਦਾ ਸਿਖਾਇਆ ਇਲਮ ਹਾਵੀ ਹੈ। ਬਸ ਉਹਦੇ ਉਹੀ ਸਿਸਟਮ ਦੇ ਵਿੱਚੋਂ ਫਿਰ ਐਵੇਂ ਦੀਆਂ ਮਸ਼ੀਨਾਂ ਤਿਆਰ ਹੋ ਕੇ ਸਾਹਮਣੇ ਆਉਂਦੀਆਂ ਨੇ। ਇਨਸਾਨ ਤਾਂ ਤੁਸੀਂ ਕਹਿ ਨਹੀਂ ਨਾ ਸਕਦੇ ਉਹਨਾਂ ਨੂੰ ਐਵੇਂ ਦੇ ਵਰਤਾਰਿਆਂ ਨੂੰ ਜਿਹੜੇ ਅੰਜਾਮ ਦਿੰਦੇ ਨੇ, ਇਹ ਮਸ਼ੀਨਾਂ ਨੂੰ ਫਿਰ ਤਿਆਰ ਕਰਕੇ ਸਰਕਾਰਾਂ ਦੇ ਸੰਦ ਨੇ ਜਿਹੜੇ ਉਹਨਾਂ ਦੇ ਰੂਪ 'ਚ ਕਾਰਜ ਕਰਦੀਆਂ ਨੇ। ਨਵਾਬ, ਜਦੋਂ ਤੁਹਾਨੂੰ ਕਿੰਨੇ ਸਾਲ ਹੋ ਗਏ ਲਿਖਦਿਆਂ ਨੂੰ ਹੁਣ ਤੱਕ, ਮਤਲਬ? ਮੈਨੂੰ ਤਕਰੀਬਨ ਜੀ ਸ਼ੁਰੂਆਤ ਹੋਈ ਸੀ ਗ੍ਰੈਜੂਏਸ਼ਨ ਦੌਰਾਨ ਫਸਟ ਈਅਰ 'ਚ, ਤਕਰੀਬਨ 5 ਸਾਲ ਹੋ ਗਏ। 5 ਸਾਲ ਦਾ ਅਰਸਾ ਬਹੁਤ ਲੰਮਾ ਹੋ ਜਾਂਦਾ, ਹੈ ਨਾ। ਮੈਂ ਇਹ ਦੇਖਦੀ ਹੁੰਦੀ ਹਾਂ ਵੀ ਅੱਜ ਕੱਲ੍ਹ ਕਿਸੇ ਕੋਲ ਜਦੋਂ 10-12 ਕਵਿਤਾਵਾਂ ਵੀ ਹੋ ਗਈਆਂ, ਜਾਂ ਹਰ ਲਿਖਣ ਵਾਲੇ ਦੀ ਜੇ ਮੈਂ ਗੱਲ ਕਰਾਂ ਜਿਹੜੀ ਹੁਣ ਹਵਾ ਚੱਲ ਰਹੀ ਆ, ਕਿਸੇ ਨੇ 10 ਕਹਾਣੀਆਂ ਵੀ ਲਿਖ ਲਈਆਂ ਜਾਂ ਕੁਛ ਆਰਟੀਕਲ ਲਿਖ ਲਏ, ਤਾਂ ਉਹਨੂੰ ਹੁੰਦਾ ਕਿ ਪਹਿਲਾਂ ਬਹੁਤ ਛੇਤੀ ਮੇਰੀ ਕਿਤਾਬ ਆ ਜਾਵੇ, ਹੈ ਨਾ, ਲੋਕ ਮੈਨੂੰ ਲੇਖਕ ਦੇ ਤੌਰ 'ਤੇ ਪਹਿਚਾਨਣ ਲੱਗ ਜਾਣ। ਅੱਜ ਕੱਲ੍ਹ ਅਖਬਾਰਾਂ 'ਚ ਲਿਖਣਾ, ਮੈਗਜ਼ੀਨ 'ਚ ਲਿਖਣ ਨਾਲੋਂ ਵੀ ਜ਼ਿਆਦਾ ਵੱਡੀ ਰੀਝ ਆ ਜਿਹੜੀ, ਉਹ ਲੋਕਾਂ ਦੀ ਕਿਤਾਬ ਲਿਖਣ 'ਚ ਆ। ਜਦਕਿ ਅਸੀਂ ਜੇ ਪਿਛਲੇ ਸਮੇਂ 'ਚ ਝਾਤ ਮਾਰੀਏ ਤਾਂ ਇਹੋ ਜਿਹੇ ਵੀ ਪ੍ਰਮਾਣਿਤ ਲੇਖਕ ਹੋਏ ਨੇ ਜਿਨ੍ਹਾਂ ਨੇ ਲਗਾਤਾਰ ਸਿਰਫ ਅਖਬਾਰਾਂ 'ਚ ਹੀ ਲਿਖਿਆ, ਹੈ ਨਾ। ਤੁਸੀਂ ਵੀ ਕਦੀ ਸੋਚਿਆ ਨਹੀਂ ਵੀ ਹੁਣ 5 ਸਾਲ ਹੋ ਗਏ ਕਵਿਤਾ ਨੂੰ ਲੋਕ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ, ਤਾਂ ਕਿਤਾਬ ਲਿਖਣ ਬਾਰੇ ਕਿਉਂ ਨਹੀਂ ਸੋਚ ਰਹੇ? ਹਾਂਜੀ, ਜਿਹੜੀ ਤੁਸੀਂ ਨੇ ਗੱਲ ਕੀਤੀ ਸਹਿਜ ਦੀ, ਸਹਿਜ ਨਹੀਂ ਤਕਰੀਬਨ ਹੈਗਾ, ਕਿਉਂਕਿ ਜਿਹੜੀ ਸੋਸ਼ਲ ਨੈਟਵਰਕਿੰਗ 'ਤੇ ਵਾਹ ਵਾ ਉਹ ਕਿਸੇ ਹੇਠਲੇ ਪੱਧਰੀ ਰਚਨਾ ਨੂੰ ਵੀ ਜੇ ਹੋ ਜਾਂਦੀ ਆ ਉਹੀ ਉਤਸ਼ਾਹਿਤ ਕਰ ਦਿੰਦੇ ਉਹਨਾਂ ਨੂੰ। ਹਾਲਾਂਕਿ ਜਦੋਂ ਕਿਤਾਬਾਂ ਦੇ ਜਿਹੜਾ ਹੁਣ ਮਿਆਰ ਆ, ਜਿਹੜੇ ਪਬਲਿਸ਼ਰ ਨੇ ਉਹ ਵੀ ਮਿਆਰ ਨਹੀਂ ਦੇਖਦੇ ਹੈਗੇ, ਉਹਨਾਂ ਦਾ ਵੀ ਇੱਕ ਤੁਸੀਂ ਕਹਿ ਸਕਦੇ ਧੰਦੇ ਦੇ ਰੂਪ ਦੇ ਵਿੱਚ ਕਮਰਸ਼ੀਅਲਿਜ਼ਮ ਹਾਵੀ ਹੋਇਆ ਵਾ ਸਾਹਿਤ 'ਤੇ ਵੀ। ਹੇਠਲੇ ਪੱਧਰ ਦੀਆਂ ਰਚਨਾਵਾਂ ਵੀ ਲੋਕਾਂ ਦੇ ਹੱਥਾਂ 'ਚ ਪਹੁੰਚ ਜਾਂਦੀਆਂ ਨੇ ਆਪਣੇ ਇਸ਼ਤਿਹਾਰਬਾਜ਼ੀ ਨਾਲ, ਵੀ ਉਹਦੀ ਇਸ਼ਤਿਹਾਰਬਾਜ਼ੀ ਕਿਹੜੇ ਪੱਧਰ ਤੱਕ ਹੁੰਦੀ ਹੈ, ਅਤੇ ਵੱਡੇ ਪੱਧਰ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਰਹਿ ਜਾਂਦੀਆਂ ਨੇ ਹੇਠਾਂ। ਐਵੇਂ ਕਈ ਆਪਣੇ ਪਰਸ਼ੀਅਨ ਮੈਂ ਪੜ੍ਹਦਾ ਹੁੰਦਾ ਸਾ ਲੇਖਕ, ਜਾਂ ਉਹਨਾਂ ਨੇ ਜੀਵਨ ਕਾਲ ਦੇ ਵਿੱਚ 1 ਜਾਂ 2 ਰਚਨਾਵਾਂ ਲਿਖੀਆਂ, ਅਤੇ ਆਪਣੇ ਪੰਜਾਬ ਦੀ ਤਰਾਸ ਦੀ ਇਹ ਆ ਮੌਜੂਦਾ ਦੌਰ ਦੀ ਸਮਕਾਲ ਦੀ, ਵੀ ਇੱਥੇ 1 ਜਾਂ 2 ਕਿਤਾਬਾਂ ਤਾਂ 1 ਸਾਲ ਦੇ ਵਿੱਚ ਹੋ ਜਾਂਦੀਆਂ ਨੇ। ਬਿਲਕੁਲ ਬਿਲਕੁਲ ਸਹੀ ਗੱਲ। ਹਾਂਜੀ ਹਾਂਜੀ, ਉਹ ਆ ਵੀ ਸਹਿਜ ਦੀ ਬਹੁਤ ਕਮੀ ਆ, ਜੇ ਤੁਹਾਡੇ 'ਚ ਸਹਿਜ ਆ, ਜੇ ਤੁਸੀਂ ਸੁਚੇਤ ਹੋ ਕੇ ਆਏ ਹੋ ਇੱਧਰ, ਕੁਝ ਉਸਾਰੂ ਜਾਂ ਸੁਚਾਰੂ ਤੁਸੀਂ ਨੇ ਸਮਾਜ ਨੂੰ ਦੇਣਾ, ਤਾਂ ਬਿਲਕੁਲ ਸਹਿਜਤਾ ਵੀ ਤੁਹਾਡੇ 'ਚ ਕਮਾਲ ਹੋਣੀ ਚਾਹੀਦੀ ਹੈ, ਸਹਿਜ ਰੂਪ 'ਚ ਕਾਰਜ ਕਰਦੇ ਰਹੋ, ਬਸ ਇਹੀ। ਬਿਲਕੁਲ, ਕੱਲ੍ਹ ਮੈਂ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੀ ਸੀ, ਤਾਂ ਉਹਨਾਂ ਨੇ ਮੈਨੂੰ ਇੱਕ ਛੋਟੀ ਜਿਹੀ ਘਟਨਾ ਸੁਣਾਈ ਜਿਹੜੀ ਮੈਨੂੰ ਬੜੀ ਖੂਬਸੂਰਤ ਲੱਗੀ। ਕਹਿੰਦੇ ਵੀ ਜਿਹੜੇ ਗੁਰਬਖਸ਼ ਸਿੰਘ ਪ੍ਰੀਤਲੜੀ ਸੀਗੇ, ਉਹਨਾਂ ਨੂੰ ਕੋਈ ਮਿਲਣ ਆਉਂਦਾ ਤਾਂ ਉਹ, ਮਤਲਬ ਨੋਰਮਲ ਕੱਪੜੇ ਜਿਵੇਂ ਆਪਣੇ ਬਜ਼ੁਰਗ ਬੈਠੇ ਹੁੰਦੇ ਆ ਵੀ ਇੱਕ ਸ਼ਹਿਰੇ 'ਤੇ ਬਣਾਉਣ ਦੇ ਵਿੱਚ, ਹੈ ਨਾ, ਉਹ ਬੈਠੇ ਸੀ। ਉਹਨਾਂ ਦੇ ਪਤਨੀ ਆ ਕੇ ਕਹਿੰਦੇ ਵੀ ਤੁਹਾਨੂੰ ਬਾਹਰ ਕੋਈ ਮਿਲਣ ਆਇਆ, ਉਹ ਕਹਿੰਦੇ ਮਤਲਬ ਭੇਜ ਦੇ ਅੰਦਰ, ਉਹ ਕਹਿੰਦੇ ਵੀ ਨਹੀਂ ਤੁਸੀਂ ਕਿਹੋ ਜਿਹੇ ਪਹਿਰਾਵੇ 'ਚ ਬੈਠੇ ਹੋ ਅਤੇ ਮੈਂ ਇੱਦਾਂ ਅੰਦਰ ਕਿਵੇਂ ਭੇਜ ਦੇਵਾਂ।
ਉਹ ਕਹਿੰਦੇ ਵੀ ਮੈਨੂੰ ਹੀ ਮਿਲ ਕਹਿੰਦੇ ਕੁੜਤਾ ਪਜਾਮਾ ਪਾ ਲਓ ਪਹਿਲਾਂ ਤੁਸੀਂ, ਉਹਨਾਂ ਦੇ ਪਤਨੀ ਉਹਨਾਂ ਨੂੰ ਕਹਿੰਦੇ ਨੇ, ਉਹ ਕਹਿੰਦੇ ਵੀ ਉਹ ਮੈਨੂੰ ਮਿਲਣ ਆਇਆ ਕਿ ਮੇਰੇ ਕੁੜਤੇ ਪਜਾਮੇ ਨੂੰ, ਹੈ ਨਾ। ਮਤਲਬ ਲੋਕਾਂ ਦਾ ਇੱਕ ਇਖਲਾਕ ਹੁੰਦਾ ਸੀ, ਲੋਕਾਂ ਦੀ ਇੱਕ ਜਹਿਨੀਅਤ ਅਮੀਰੀ ਹੁੰਦੀ ਸੀਗੀ। ਹੁਣ ਦੇ ਦੌਰ 'ਚੋਂ ਮਿਲਦੀ ਨਹੀਂ, ਪਰ ਜਦੋਂ ਤੁਹਾਨੂੰ ਮਿਲਦੇ ਆ ਬੜੀ ਸਾਦ ਮਰਾਦੀ ਜੀ ਤੁਹਾਡੀ, ਹੈ ਨਾ, ਇੱਕ ਝਲਕ ਹੈ ਅਤੇ ਉਸ ਤੋਂ ਵੀ ਵੱਧ ਤੁਹਾਡੀ ਮੈਨੂੰ ਲੱਗਦਾ ਹੁੰਦਾ ਵੀ ਜਹਿਨੀ ਤੌਰ 'ਤੇ ਤੁਸੀਂ ਬਹੁਤ ਅਮੀਰ ਹੋ, ਜਿਹੜੀ ਤੁਹਾਨੂੰ ਜਾਣਨ ਵਾਲੇ ਸਾਰੇ ਲੋਕ ਇਸ ਚੀਜ਼ ਦੀ ਪ੍ਰਸ਼ੰਸਾ ਕਰਦੇ ਆ। ਇਹ ਸਾਰਾ ਕੁਛ ਤੁਹਾਡੀ ਪਰਵਰਿਸ਼ ਦੇ ਵਿੱਚ ਤੁਹਾਨੂੰ ਮਿਲਿਆ, ਤੁਹਾਡੀਆਂ ਲਿਖਤਾਂ ਦੇ ਵਿੱਚ ਇਹ ਸਭ ਕੁਛ ਝਲਕਦਾ। ਪਰ ਕਦੀ ਜਿਵੇਂ ਹੁਣ ਤੁਸੀਂ ਯੂਨੀਵਰਸਿਟੀ ਪੜ੍ਹੇ ਹੋ 4-5 ਸਾਲ, ਤੁਹਾਨੂੰ ਲੋਕਾਂ 'ਚ ਵਿਚਰਨ ਦਾ ਮੌਕਾ ਮਿਲਿਆ, ਇਹ ਸੋਚਦੇ ਹੁੰਦੇ ਹਾਂ ਵੀ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਹੋਰ ਲੋਕਾਂ ਦੇ ਵਿੱਚ ਵੀ ਮੇਰੀਆਂ ਜਾਣ, ਜਾਂ ਹੋਰ ਲੋਕ ਵੀ ਜਿਹੜੇ ਮੇਰਾ ਆਲਾ ਦੁਆਲਾ ਸਾਰਾ ਐਵੇਂ ਦਾ ਹੋਵੇ। ਹਾਂਜੀ ਹਾਂਜੀ, ਇਹ ਹੁੰਦਾ ਵੀ ਜਦੋਂ ਤੁਸੀਂ ਸਹਿਜਤਾ ਨਾਲ ਕੋਈ ਕਾਰਜ ਕਰਦੇ ਹੋ ਤਾਂ ਖੁਦ ਬਾ ਖੁਦ ਇਹ ਲੋਕਾਂ ਤੱਕ ਉਹ, ਕਿਉਂਕਿ ਤੁਸੀਂ ਖੁਦ ਨੂੰ ਤਰਾਸ਼ਦੇ ਜਾਓ, ਸਹਿਜ ਰੂਪ ਵਿੱਚ ਕਾਰਜ ਕਰਦੇ ਜਾਓ, ਤੁਹਾਡੀ ਚਮਕ ਹੋਊਗੀ ਜਿਹੜੀ ਖੁਦ ਬਾ ਖੁਦ ਰੌਸ਼ਨੀ ਹਨੇਰੇ ਨੂੰ ਦੂਰ ਕਰ ਦੂਗੀ। ਬਸ ਤੁਸੀਂ ਹੀਰੇ ਬਣਨ ਦੀ ਕੋਸ਼ਿਸ਼ ਕਰੋ ਬਸ, ਕਿ ਸੁਚਾਰਾ ਹੋਈ ਹੈ ਕਿ ਕੂੜੇ ਟੁੱਟੇ ਪਾਰ। ਇਹ ਜਦੋਂ ਤੁਸੀਂ ਐਵੇਂ ਸੋਚੋਗੇ ਤਾਂ ਜਿਹੜੇ ਕਾਰਜ ਨੇ ਹੌਲੀ ਹੌਲੀ ਸਹਿਜ ਰੂਪ 'ਚ ਆਪ ਹੀ ਹੁੰਦੇ ਜਾਣਗੇ। ਇਸ ਮਤਲਬ ਇਸ ਚੀਜ਼ ਨਾਲ, ਇਸ ਹਲੀਮੀ ਨਾਲ, ਇਸ ਨਿਮਰਤਾ ਨਾਲ, ਇਸ ਸਾਦਗੀ ਨਾਲ ਦੂਜਿਆਂ 'ਚ ਵਿਚਰਨਾ ਔਖਾ ਜਿਹਾ ਨਹੀਂ ਲੱਗਦਾ ਵੀ ਬਣਾਉਟੀ ਜਿਹੀ ਦੁਨੀਆ ਜਿਹਦੇ ਵਿੱਚ ਵਿਚਰ ਰਹੇ ਹਾਂ, ਆਪਣੇ ਵਰਗੀ ਨਹੀਂ ਲੱਗਦੀ। ਹਾਂਜੀ ਹਾਂਜੀ, ਇਹ ਚੀਜ਼ਾਂ ਪ੍ਰਭਾਵਿਤ ਤਾਂ ਕਰਦੀਆਂ ਤੁਹਾਨੂੰ, ਪਰ ਬਹੁਤਾ ਨਹੀਂ। ਜਦੋਂ ਤੁਸੀਂ ਇੱਕ ਸੁਚੇਤ ਰੂਪ ਵਿੱਚ ਜਾਂ ਲੱਗਦਾ ਹੁੰਦਾ ਵੀ ਮੈਨੂੰ ਵੀ ਕਈਆਂ ਨੂੰ ਜੋੜਿਆਂ ਦੀ ਸੇਵਾ ਦੇ ਕੇ, ਜਾਂ ਜਮਜਮ ਦਾ ਉੱਥੇ ਮੱਕੇ ਦੇ ਵਿੱਚ ਜਮਜਮ ਦਾ ਇੱਕ ਆਬ ਆ ਉੱਥੇ ਪਾਣੀ ਪਿਲਾਉਂਦੇ ਨੇ, ਤਾਂ ਉੱਥੇ ਕਈ ਨੇ ਉਹ ਸੇਵਾ ਕਰਦੇ ਨੇ ਵੀ ਮੈਨੂੰ ਲੱਗਦਾ ਹੁੰਦਾ ਵੀ ਲਿਖਣਾ ਤਾਂ ਪੜ੍ਹਨਾ ਜਾਂ ਇਹ ਐਵੇਂ ਦੇ ਵਰਤਾਰੇ ਸੇਵਾ ਇੱਕ ਸੇਵਾ ਦੇ ਰੂਪ 'ਚ ਜੇ ਤੁਸੀਂ ਲੈ ਕੇ ਚੱਲੋ, ਫਿਰ ਨਹੀਂ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਵੀ ਜਮਜਮ ਦੇ ਉੱਥੇ ਆਬ 'ਤੇ ਲੋਕ ਪਾਣੀ ਪਿਲਾ ਰਹੇ ਨੇ, ਉਹ ਵੀ ਸੇਵਾ। ਤੁਸੀਂ ਲਿਖਣ ਦੀ ਰੱਬ ਨੇ ਤੁਹਾਨੂੰ ਸੇਵਾ ਸੌਂਪ ਕੇ ਭੇਜੀ ਆ, ਤਾਂ ਇਹ ਵੀ ਤਕਰੀਬਨ ਉਹੀ ਸਮਾਨ 'ਚ ਅਰਥਾਂ 'ਚ ਵਰਤ ਸਕਦੇ ਹੋ ਤੁਸੀਂ, ਤਾਂ ਉਹ ਚੀਜ਼ਾਂ ਫਿਰ ਹੌਲੀ ਪ੍ਰਭਾਵਿਤ ਨਹੀਂ ਕਰਦੀਆਂ। ਹੁਣ ਘਰ ਦੇ ਵਿੱਚ ਕੋਈ ਹੋਰ ਵੀ ਲਿਖਦਾ ਹੈ? ਨਾ ਜੀ ਨਾ ਜੀ, ਆਲੇ ਦੁਆਲੇ ਪਤਾ ਲੋਕਾਂ ਨੂੰ ਵੀ ਨਵਾਬ ਹੈ ਅਤੇ ਲਿਖਦਾ ਅਤੇ ਇੰਨਾ ਸੋਹਣਾ ਲਿਖਦਾ। ਹਾਂਜੀ ਹਾਂਜੀ, ਜਿਹੜੇ ਮਿੱਤਰ ਪਿਆਰੇ ਨੇ ਆਪਣੇ ਉਹਨਾਂ ਨੂੰ ਕਾਫੀ। ਪਰ ਜਦੋਂ ਪੰਜਾਬੀ ਯੂਨੀਵਰਸਿਟੀ ਜਾਓ ਉੱਥੇ ਨਵਾਬ ਨਵਾਬ ਬਹੁਤ ਮਤਲਬ ਹੈ ਨਾ ਜ਼ਿਕਰ ਹੁੰਦਾ, ਮਤਲਬ ਮੈਨੂੰ ਇਹ ਲੱਗਦਾ ਹੁੰਦਾ ਵੀ ਪੰਜਾਬੀ ਯੂਨੀਵਰਸਿਟੀ ਦਾ ਸਰਵੋਤਮ ਕਵੀ ਸਮਝਦੇ ਨੇ ਲੋਕ, ਹੈ ਨਾ। ਅਤੇ ਨਵਾਬ ਕੋਈ ਹੋਰ ਕਵਿਤਾ ਜਿਹੜੀ ਆਪ ਨੂੰ ਬਹੁਤ ਸੋਹਣੀ ਲੱਗਦੀ ਆ, ਹੈ ਨਾ, ਜਿਹੜੀ ਚਾਹੁੰਦੇ ਹੋ ਕਿ ਮੈਂ ਸੁਣਾਵਾਂ? ਹਾਂਜੀ ਹਾਂਜੀ, ਇੱਕ ਗੁਰੂ ਨਾਨਕ ਦੇਵ ਜੀ ਸੀ ਅਤੇ ਸੀਗੀ ਦਸਾਂ ਪਾਤਸ਼ਾਹੀਆਂ ਦੇ ਵੀ ਇੱਕੋ ਜੋਤ ਹੈ ਨਾ ਉੱਥੇ, ਕਿਉਂਕਿ ਤੇਗ ਅਤੇ ਰਬਾਬ ਦੇ ਵਿੱਚ ਵੀ ਅੰਤਰ ਕਰਤਾ। ਜਦੋਂ ਮੈਨੂੰ ਇੱਕ ਸਾਖੀ ਯਾਦ ਆਉਂਦੀ ਹੈ, ਹਜ਼ਰਤ ਅਲੀ ਖੈਬਰ ਦੇ ਮੈਦਾਨ ਦੇ ਵਿੱਚ ਜਦੋਂ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਹੱਥ 'ਚ ਤਲਵਾਰ ਆ, ਤਾਂ ਹਜ਼ਰਤ ਅਲੀ ਨੂੰ ਇੱਕ ਸਹਾਬਾ ਪੁੱਛਦੇ ਨੇ, ਕਹਿੰਦੇ ਵੀ ਹਜ਼ਰਤ ਵੀ ਤੁਹਾਨੂੰ ਕੀ ਤਬਦੀਲੀ ਲੱਗ ਰਹੀ ਆ ਵੀ ਗਾਰੇ ਹਿਰਾ ਦੇ ਵਿੱਚ ਤਸਬੀਹ ਹੱਥ 'ਚ ਅਤੇ ਹੁਣ ਤੇਗ ਆ? ਉਹ ਕਹਿੰਦੇ ਹਜ਼ੂਰ ਦੁਨਿਆਵੀ ਨਿਗਾਹਾਂ ਲਈ ਹੋਵੇਗੀ ਤੇਗ, ਮੈਨੂੰ ਤਾਂ ਹਾਲੇ ਵੀ ਤਸਬੀਹ ਹੀ ਨਜ਼ਰ ਆ ਰਹੀ ਹੈ। ਉਹਦੇ ਨਾਲ ਵੀ ਤੇਗ ਅਤੇ ਰਬਾਬ ਕਵਿਤਾ ਰਬਾਬ ਸੀ ਕਿ ਸ਼ਬਦ ਪੀਰ ਪੱਥੇ ਤਕਦੀਰ ਹੋਏ, ਜਾਪ ਚੌਪਈ ਆਦਿ ਜੁਗਾਦ ਗੁੰਜੇ, ਤੇਰੀ ਸੋਹਬਤ ਮਿਲੀ ਜਦ ਨੇਤਰਾਂ ਨੂੰ, ਸਾਹਾਂ ਸੁਰਤਾਂ 'ਚ ਇਸ਼ਕ ਦੇ ਨਾਦ ਗੁੰਜੇ, ਕਿਨੇ ਠੱਲਣੇ ਵੇਗ ਅਕੀਦਤਾਂ ਦੇ, ਡੱਕੇ ਬੁੱਲਿਆਂ ਕਦੋਂ ਕਾ ਬਾਬਾ, ਹੁਸਨ ਮੱਥਿਆਂ 'ਤੇ ਤੇਰੀ ਤੇਗ ਦਾ ਹੈ, ਵੱਜੇ ਦੇਹਾਂ 'ਚ ਤੇਰੀ ਰਬਾਬ ਬਾਬਾ, ਉੱਡੀ ਮਹਿਕ ਤੇਰੀ ਰਬਾਬ ਵਿੱਚੋਂ, ਢਲਕੇ ਤੇਗਾਂ 'ਚ ਨਿਰਾ ਜਮਾਲ ਹੋਈ, ਜੋਸ਼ ਗਏ ਤਰਾਸ਼ੇ ਆਣ ਪੰਧ ਉੱਤੇ, ਬੰਦਗੀ ਹੋਰ ਦੀ ਹੋਰ ਕਮਾਲ ਹੋਈ, ਬਾਕ ਬਾਣੀਆਂ ਦੇ ਤਰਨ ਪਾਣੀਆਂ 'ਤੇ ਗਾਥਾ ਇਸ਼ਕ ਦੀ ਗਾਏ ਪੰਜਾਬ ਬਾਬਾ, ਹੁਸਨ ਮੱਥਿਆਂ 'ਤੇ ਤੇਰੀ ਤੇਗਦਾ ਹੈ, ਵੱਜੇ ਦੇਹਾਂ 'ਚ ਤੇਰੀ ਰਬਾਬ। ਵਾਹ, ਇੱਕ ਅੱਧੀ ਹੋਰ ਸੁਣਾ ਦਿਓ। ਹਾਂਜੀ ਹਾਂਜੀ, ਇੱਕ ਸੀਗੀ ਕਿ ਮਹਿਕਾਂ ਦੇ ਕੁੱਖੋਂ ਜਨਮੀ ਇਤਰਾਂ ਦੀ ਜਾਈ ਹੈ, ਯੂਸਫ ਦੇ ਸ਼ਹਿਰੋਂ ਹੈ ਜਾਂ ਫਿਰ ਹਮਸਾਈ ਹੈ, ਤੱਕਣੀ ਵਿੱਚ ਨੂਰ ਇਲਾਹੀ ਰੂਹਾਂ ਵਿੱਚ ਵੜਦੀ ਹੈ, ਸਾਹਾਂ ਨਾਲ ਕਰੇ ਤਿਲਾਵਤ ਆਇਤਾਂ ਨੂੰ ਪੜ੍ਹਦੀ ਹੈ, ਆਸ਼ਕ ਦਹਿਲੀਜ਼ ਉਹਦੀ 'ਤੇ ਜਾਚਕ ਬਣੇ ਆਉਂਦੇ ਨੇ, ਨਦੀਆਂ ਅਤੇ ਝਰਨੇ ਉਹਦੀ ਉਸਤਤ ਨੂੰ ਗਾਉਂਦੇ ਨੇ, ਪੀਰਾਂ ਦੀ ਤਸਵੀ ਵਰਗੀ ਹੀਰਾਂ ਦੀ ਚੂਰੀ ਹੈ, ਮੁਖੜੇ 'ਤੇ ਪਰਤ ਹਯਾ ਦੀ ਨੈਣੀ ਕਸਤੂਰੀ ਹੈ, ਬਾਸ਼ਨਾ ਖਿੰਡੇ ਚੁਫੇਰੇ ਖੋਲ੍ਹੇ ਜਦ ਕੇਸਾਂ ਨੂੰ, ਤੱਕ ਕੇ ਉਹਦੇ ਕੌਤਕ ਭੁੱਲਦੀ ਬੰਦਗੀ ਦਰਵੇਸ਼ਾਂ ਨੂੰ। ਕਦੇ ਕਦੇ ਮਤਲਬ ਉਹ ਇੱਕ ਨੌਜਵਾਨੀ ਵਾਲਾ ਰੁਝਾਨ ਵੀ ਆ ਜਾਂਦਾ ਅੰਦਰ, ਕਿ ਕਿਸੇ ਦੀ ਉਸਤਤ ਕਰਨ ਨੂੰ ਵੀ ਦਿਲ ਕਰਦਾ। ਨਵਾਬ, ਬਹੁਤੇ ਲੋਕ ਇਹ ਕਹਿ ਦਿੰਦੇ ਹੁੰਦੇ ਆ ਵੀ ਲੇਖਕ ਦੇ ਜਿਹੜੇ ਕਿਸੇ ਕੰਮ ਕਾਰ ਦੇ ਨਹੀਂ ਰਹਿੰਦੇ, ਹੈ ਨਾ। ਮਤਲਬ ਤੁਸੀਂ ਤਾਂ ਮੈਨੂੰ ਇਹ ਲੱਗਦਾ ਵੀ ਆ ਖੇਤ ਤੁਹਾਡਾ, ਅਤੇ ਕਦੀ ਕਦੀ ਇੱਥੇ ਕਈ ਲੈਖ ਵੀ ਤੁਹਾਨੂੰ ਕੰਮ ਕਰਦੇ ਦੇਖਣਗੇ, ਹੈ ਨਾ। ਬਿਲਕੁਲ ਜੀ ਬਿਲਕੁਲ। ਅਤੇ ਕਦੋਂ ਤੁਹਾਡੀ ਕਿਤਾਬ ਆ ਜਿਹੜੀ ਉਹਦੀ ਪਾਠਕਾਂ ਦੀ ਝੋਲੀ ਜਾਏਗੀ?
ਕਿਤਾਬ ਦਾ ਤਕਰੀਬਨ ਹੈਗਾ ਜੀ 20 ਸਾਲ ਮੁਕੰਮਲ ਹੋ ਜੇ ਤਕਰੀਬਨ 20 ਜਾਂ 21 'ਚ ਹੋ ਜੂ ਤਕਰੀਬਨ ਹਾਂਜੀ ਕੋਸ਼ਿਸ਼ ਆ ਵੀ 20 ਸਾਲ ਹੋਵੇ ਨਵਾਬ ਤੁਹਾਡੀ ਕਵਿਤਾ ਬਹੁਤ ਸੋਹਣੀ ਹੈ ਨਾ ਇਸ ਗੱਲ ਦਾ ਕੋਈ ਸ਼ੱਕ ਨਹੀਂ ਪਰ ਮੈਨੂੰ ਲੱਗਦਾ ਤੁਹਾਡੀ ਸੋਚ ਉਸ ਤੋਂ ਵੀ ਜ਼ਿਆਦਾ ਸੋਹਣੀ ਆ ਕੋਈ ਮੈਨੂੰ ਤੁਹਾਡਾ ਹੀ ਜਾਣਕਾਰ ਦੱਸ ਰਿਹਾ ਸੀ ਵੀ ਜਦੋਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਾਂਦੇ ਹੋ ਹੈ ਨਾ ਤੁਹਾਡਾ ਜਿਹੜੀ ਦਿਲਚਸਪੀ ਆ ਉਹ ਧਰਮ ਦੇ ਵਿੱਚ ਬਹੁਤ ਆ ਅਤੇ ਕਹਿੰਦੇ ਨਵਾਬ ਨੂੰ ਇਹ ਚੀਜ਼ ਬੜਾ ਦੁੱਖ ਦਿੰਦੀ ਆ ਵੀ ਅੱਜ ਕੱਲ੍ਹ ਜਿਹੜੀਆਂ ਯੂਨੀਵਰਸਿਟੀਆਂ ਨੇ ਜਾਂ ਕੋਲੇਜ ਨੇ ਉਹਨਾਂ ਦੇ ਵਿੱਚ ਲੈਫਟ ਦਾ ਜਿਹੜਾ ਪ੍ਰਭਾਵ ਆ ਉਹ ਬਹੁਤ ਜ਼ਿਆਦਾ ਹੈ ਨਾ ਜਿਹਨੂੰ ਅਸੀਂ ਕਾਮਰੇਡੀ ਪ੍ਰਭਾਵ ਵੀ ਕਹਿ ਦਿੰਦੇ ਹਾਂ ਅਤੇ ਉਹ ਚੀਜ਼ਾਂ ਤੁਹਾਨੂੰ ਲੱਗਦਾ ਕਿ ਸਾਨੂੰ ਲੀਹ 'ਤੇ ਲਾ ਰਹੀਆਂ ਨੇ ਹੈ ਨਾ ਲੀਹ ਤੋਂ ਉਤਾਰ ਦਿੱਤਾ ਉਹਨਾਂ ਚੀਜ਼ਾਂ ਨੇ ਸਾਨੂੰ ਧਰਮ ਦੇ ਪ੍ਰਤੀ ਤਰਕ ਕਰਨਾ ਸਿਖਾ ਦਿੱਤਾ ਉਹਨਾਂ ਚੀਜ਼ਾਂ ਨੇ ਜਿਹੜਾ ਚੀਜ਼ਾਂ ਤੁਹਾਨੂੰ ਹੋਸ਼ਾ ਪਾਉਣ ਲੱਗਦੀਆਂ ਨੇ ਇਹ ਚੀਜ਼ਾਂ ਦੁੱਖ ਦਿੰਦੀਆਂ ਨੇ ਤੁਹਾਨੂੰ ਹਾਂਜੀ ਹਾਂਜੀ ਬੇਸ਼ੱਕ ਜਦੋਂ ਤੁਸੀਂ ਚਲੋ ਇੱਕ ਧੜੇ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਉਹਦੀ ਨੁਮਾਇੰਦਗੀ ਕਰਦੇ ਰਹੋ ਪਰ ਮੈਨੂੰ ਲੱਗਦਾ ਹੁੰਦਾ ਵੀ ਤਕਰੀਬਨ ਨਾਸਤਿਕ ਆਸਤਿਕਾਂ ਨਾਲੋਂ ਜ਼ਿਆਦਾ ਖੁਦਾ ਦਾ ਜ਼ਿਕਰ ਕਰਦੇ ਨੇ ਇਹ ਆ ਵੀ ਤੁਸੀਂ ਇੱਕ ਧੜੇ ਨਾਲ ਜੁੜੇ ਹੋਏ ਉਹਦੀ ਪੈਰਵੀ ਕਰੋ ਉਹਨੂੰ ਉਹਦੀਆਂ ਗਤੀਵਿਧੀਆਂ 'ਚ ਹਿੱਸਾ ਲਓ ਪਰ ਇਹ ਤਰਾਸਦੀ ਆ ਵੀ ਸਾਖੀਆਂ ਨੂੰ ਹਾਸੋਹੀਣੀਆਂ ਗੱਲਾਂ ਕਹਿਣਾ ਹਾਸੋਹੀਣੇ ਤਰਕਾਂ ਨਾਲ ਜਾਂ ਬੇਤੁਕੀਆਂ ਦਲੀਲਾਂ ਨਾਲ ਉਹਨਾਂ ਨੂੰ ਰੱਦੇ ਕਰ ਦੇਣਾ ਕਿਉਂਕਿ ਸਾਡੇ ਪਿੱਛੇ ਇੱਕ ਵੱਡੀ ਟੇਕ ਅਤੇ ਫਲਸਫਾ ਅਤੇ ਓਟ ਤਾਂ ਕੁਰਾਨ ਮਜੀਦ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੈ ਉਹ ਤੋਂ ਬਿਨਾਂ ਤਾਂ ਉਹਦੇ ਵੱਲ ਪਿੱਠ ਕਰਨ ਤੋਂ ਭੈੜੀ ਤਾਂ ਮੌਤ ਹੈ ਨਹੀਂ ਜਿਵੇਂ ਕਹਿ ਸਕਦੇ ਤਾਂ ਉਹ ਚੀਜ਼ਾਂ ਇੱਕ ਬੌਧਿਕ ਪੱਧਰ ਹੁਣ ਜਿਹੜੇ ਮੁੰਡੇ ਕੁੜੀਆਂ ਨੇ ਉਹੀ ਉਮਰ ਹੁੰਦੀ ਆ ਵੀ ਤੁਹਾਡੀ ਬੌਧਿਕ ਤਾਂ ਕਿੱਥੇ ਤੈਅ ਹੁੰਦੀ ਆ ਵੀ ਤੁਸੀਂ ਕੀ ਸੋਚੋਗੇ ਉਹੀ ਜਦੋਂ ਤੁਸੀਂ ਐਵੇਂ ਦੇ ਮਾਹੌਲ 'ਚ ਚਲੇ ਜਾਂਦੇ ਉਹ ਸਮੇਂ ਦੇ ਵਿੱਚ ਤਾਂ ਉਹ ਚੀਜ਼ਾਂ ਤੁਹਾਡੀ ਬੌਧਿਕਤਾ ਤੈਅ ਕਰ ਦਿੰਦੀਆਂ ਨੇ ਫਿਰ ਤੁਸੀਂ ਉਵੇਂ ਉਹਨਾਂ ਦੀਆਂ ਨਿਗਾ ਉਹਨਾਂ ਦੀਆਂ ਜਿਹੜੀਆਂ ਐਨਕਾਂ ਲਗਾਉਂਦੇ ਨੇ ਉਹ ਨਿਗਾਹ ਤੁਹਾਡੀ ਹੁੰਦੀ ਐਨਕਾਂ ਉਹਨਾਂ ਹੀ ਲੱਗ ਜਾਂਦੀਆਂ ਨੇ ਤੁਸੀਂ ਉਹਨਾਂ ਦੇ ਨਜ਼ਰੀਏ ਤੋਂ ਦੇਖਣ ਲੱਗ ਜਾਂਦੇ ਹੋ ਬਸ ਇਹ ਆ ਵੀ ਉਹ ਤੁਹਾਡੀ ਬ੍ਰੇਨ ਵਾਸ਼ ਬੇਸ਼ੱਕ ਕਹਿ ਲਓ ਤੁਸੀਂ ਸਾਰਾ ਕੁਝ ਐਵੇਂ ਦਾ ਵਰਤਾਰਾ ਚੱਲੀ ਜਾਂਦਾ ਇਸ ਲਈ ਯੂਨੀਵਰਸਿਟੀ 'ਚ ਜ਼ਿਆਦਾ ਮਨ ਨਹੀਂ ਲੱਗਦਾ ਹਾਂਜੀ ਹਾਂਜੀ ਤਕਰੀਬਨ ਹੁੰਦਾ ਚਲੋ ਵਧੀਆ ਮਿੱਤਰ ਪਿਆਰੇ ਹੁੰਦੇ ਨੇ ਪਰ ਜ਼ਿਆਦਾ ਪ੍ਰਧਾਨ ਹੈ ਚੀਜ਼ ਨਵਾਬ ਜਦੋਂ ਤੁਹਾਡੀ ਕਵਿਤਾ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਝਲਕ ਆ ਰੂਹਾਨੀਅਤ ਦੀ ਮਿਲਦੀ ਹੈ ਹੈ ਨਾ ਉਹਦੇ 'ਚ ਪਰਮਾਤਮਾ ਦਾ ਜ਼ਿਕਰ ਆ ਉਹਦੇ 'ਚ ਅੱਲਾ ਦਾ ਵੀ ਜ਼ਿਕਰ ਆ ਉਹਦੇ 'ਚ ਵਾਹਿਗੁਰੂ ਦਾ ਵੀ ਜ਼ਿਕਰ ਆ ਜਦੋਂ ਆਪਾਂ ਕਹਿੰਦੇ ਹਾਂ ਕਿ ਬੜਾ ਸੋਹਣਾ ਘਰ ਹੈ ਜਾਂ ਬੜਾ ਖੂਬਸੂਰਤ ਮਕਾਨ ਆ ਤਾਂ ਲੋਕ ਕਹਿੰਦੇ ਨੇ ਕਿ ਇਹਦੀਆਂ ਨੀਹਾਂ ਬਹੁਤ ਚੰਗੀਆਂ ਹੋਣਗੀਆਂ ਤੁਹਾਡੀ ਜਿਹੜੀ ਕਵਿਤਾ ਪੜ੍ਹ ਕੇ ਲੱਗਦਾ ਹੁੰਦਾ ਕਿ ਨਵਾਬ ਦੀ ਜਿਹੜੀ ਨੀਂਹ ਆ ਹੈ ਨਾ ਜਿਹੜੇ ਪਰਿਵਾਰਕ ਪਿਛੋਕੜ ਆ ਉਹ ਬਹੁਤ ਜ਼ਿਆਦਾ ਵਧੀਆ ਹੋਊਗਾ ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਜ਼ੁਬਾਨੀ ਦੱਸੋ ਵੀ ਕਿਵੇਂ ਆਪਣੇ ਪਰਿਵਾਰ ਦੇ ਵਿੱਚ ਤੁਹਾਡਾ ਜਨਮ ਹੋਇਆ ਕਿਹੜਾ ਉਹ ਫਲਸਫਾ ਸੀ ਜਿਹਨੇ ਤੁਹਾਨੂੰ ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨਾਲ ਜੋੜ ਦਿੱਤਾ ਕਿ ਤੁਸੀਂ ਜ਼ਹਿਨੀ ਤੌਰ 'ਤੇ ਬਹੁਤ ਲਿਆਕਤ ਵਾਲੇ ਅਤੇ ਬੜੀ ਸਾਦਗੀ ਵਾਲੇ ਅਤੇ ਬੜੀ ਅਮੀਰੀ ਦੀ ਜਿਹੜੀ ਝਲਕ ਆ ਤੁਹਾਡੇ ਅੰਦਰੋਂ ਪੈਂਦੀ ਆ ਹਾਂਜੀ ਕਿਉਂਕਿ ਤੁਹਾਡੀ ਧਾਰਨਾ ਹੁੰਦੀ ਆ ਜਿਹੜੀ ਜਾਂ ਬੌਧਿਕਤਾ ਹੁੰਦੀ ਆ ਉਹ ਤੈਅ ਹੁੰਦੀ ਆ ਵੀ ਤੁਸੀਂ ਕਿਵੇਂ ਦੇ ਮਾਹੌਲ 'ਚ ਰਹੇ ਅਤੇ ਪਰਵਰਿਸ਼ ਤੁਹਾਡੀ ਕਿਵੇਂ ਦੇ ਮਾਹੌਲ 'ਚ ਹੋਈ ਕਿਹੜੀਆਂ ਚੀਜ਼ਾਂ ਤੁਸੀਂ ਦੇਖੀਆਂ ਪਰਖੀਆਂ ਜਾਂ ਕਿਵੇਂ ਦੇ ਵਰਤਾਰੇ ਤੁਹਾਡੇ ਸਾਹਮਣੇ ਆਏ ਜੋ ਤੁਸੀਂ ਦੇਖਦੇ ਹੋ ਖੁਦ ਬ ਖੁਦ ਇਹ ਲਾਜ਼ਮੀ ਹੋ ਵੀ ਜੋ ਪਰਿਵਾਰ 'ਚ ਤੁਹਾਨੂੰ ਦੇਖਣ ਨੂੰ ਮਿਲਦਾ ਜਾਂ ਪਰਖਣ ਨੂੰ ਮਿਲਦਾ ਖੁਦ ਬ ਤੁਹਾਡੇ 'ਚ ਢਲ ਕੇ ਆਉਣਾ ਸ਼ੁਰੂ ਹੋ ਜਾਂਦਾ ਉਹ ਸਾਡੇ ਸੀਗੇ ਐਵੇਂ ਮੇਰੇ ਨਾਨਾ ਜੀ ਜਿਵੇਂ ਪਹਿਲਾਂ ਗੱਲ ਅਤੇ ਉਹਨਾਂ ਦੀ ਜਿਹੜੀ ਤਾਲੀਮ ਸੀਗੀ ਉਹ ਉਹਨਾਂ ਦੀ ਤਾਲੀਮ ਦਾ ਮੈਂ ਮੰਨਦਾ ਵੀ ਕਾਫੀ ਜ਼ਿਆਦਾ ਪ੍ਰਭਾਵ ਰਿਹਾ ਲਿਖਣ ਦਾ ਬੇਸ਼ੱਕ ਸ਼ੁਰੂਆਤ ਉਸ ਤੋਂ ਬਾਅਦ ਹੋਈ ਪਰ ਇੱਕ ਜਿਹੜੀ ਤੁਹਾਡੀ ਉਹ ਹੁੰਦੀ ਹੈ ਧਾਰਨਾ ਹੁੰਦੀ ਹੈ ਬਚਪਨ 'ਚ ਬਣ ਜਾਂਦੀ ਹੈ ਉਹਨੇ ਕਾਫੀ ਅਹਿਮ ਰੋਲ ਅਦਾ ਕੀਤਾ ਉਹਨਾਂ ਨੇ ਅਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ 'ਚ ਜਾ ਕੇ ਲਿਖਣ ਦਾ ਹੌਲੀ ਹੌਲੀ ਤੁਕਬੰਦੀ ਜਦੋਂ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹਦਾ ਸਬੱਬ ਬਣਿਆ ਲਿਖਣ ਦਾ ਹੌਲੀ ਹੌਲੀ ਪੂਰੀ ਕਾਵਧਾਰਾ ਨੂੰ ਪੜ੍ਹਿਆ ਤਾਂ ਖਿਆਲ ਢਲ ਕੇ ਕਿਵੇਂ ਨਾ ਕਿਵੇਂ ਆਪਣੇ ਵਿੱਚ ਆਉਂਦੇ ਨੇ ਤਾਂ ਫਿਰ ਹੌਲੀ ਹੌਲੀ ਖਿਆਲਾਂ ਦੀ ਵਿਸ਼ਾਲਤਾ ਅਤੇ ਮੌਲਿਕਤਾ ਉਤਪੰਨ ਹੋਣੀ ਸ਼ੁਰੂ ਹੋ ਜਾਂਦੀ ਹੈ ਅਨੁਭਵ ਕਿਸੇ ਹੋਰ ਵਿਧਾ 'ਚ ਵੀ ਲਿਖਦੇ ਹੋ ਇਸ ਤੋਂ ਇਲਾਵਾ ਕਵਿਤਾ ਤੋਂ ਇਲਾਵਾ ਹਾਂਜੀ ਹਾਂਜੀ ਵਾਰਤਕ ਅੱਛਾ ਵਾਰਤਕ ਦੀ ਮੈਂ ਸੋਚੀ ਆ ਵੀ ਅਕੀਦਤ ਕਿਤਾਬ ਦਾ ਨਾਮ ਪੋਇਟਰੀ ਦੀ ਹੈ ਅਤੇ ਉਸ ਤੋਂ ਬਾਅਦ ਵਾਰਤਕ ਦੀ ਕਿਤਾਬ ਹੋਊਗੀ ਅੱਛਾ ਵਾਰਤਕ 'ਚ ਕਿਹਨੂੰ ਪੜ੍ਹਦੇ ਹੋ ਵਾਰਤਕ 'ਚ ਤਕਰੀਬਨ ਖਲੀਲ ਜ਼ਬਰਾਨ ਨੂੰ ਪੜ੍ਹਿਆ ਜਾਂ ਪੰਜਾਬੀ 'ਚ ਨਰਿੰਦਰ ਕਪੂਰ ਕਾਫੀ ਪੰਜਾਬੀ ਜੋ ਵੀ ਛਪਿਆ ਜਾਂ ਸਾਖੀਆਂ ਹੋ ਗਈਆਂ ਪੁਰਾਣਾ ਜਿਹੜਾ ਮੁੱਢਲਾ ਪੰਜਾਬੀ ਵਾਰਤਕ ਹੈ ਜਨਮ ਸਾਖੀਆਂ ਪੁਰਾਤਨ ਜਨਮ ਸਾਖੀਆਂ ਜਾਂ ਰਹਿਤਨਾਮੇ ਗੋਸ਼ਟਾਂ ਨਵਾਬ ਬਹੁਤ ਜ਼ਿਆਦਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਚਾਹਾਂਗੇ ਕਿ ਜਿੰਨੇ ਲੋਕਾਂ ਤੱਕ ਬਹੁਤ ਛੇਤੀ ਜਿਹੜੀ ਤੁਹਾਡੀ ਕਵਿਤਾ ਪਹੁੰਚ ਰਹੀ ਹੈ ਲੋਕ ਇੰਨਾ ਜ਼ਿਆਦਾ ਪਿਆਰ ਕਰ ਰਹੇ ਨੇ ਤੁਸੀਂ ਥੋੜ੍ਹਾ ਜਿਹਾ ਮੈਨੂੰ ਲੱਗਦਾ ਹੁੰਦਾ ਕਿ ਦੁਨੀਆਂ 'ਚ ਇਸ ਤੋਂ ਵੀ ਜ਼ਿਆਦਾ ਵਿਚਰੋ ਹੈ ਨਾ ਲੋਕ ਤੁਹਾਨੂੰ ਨੇੜੇ ਤੋਂ ਜਾਣਨ ਇਹ ਸਨ ਸਾਡੇ ਨੌਜਵਾਨ ਸ਼ਾਇਰ ਨਵਾਬ ਖਾਨ ਹੁਣੀ ਵੀਰਾ ਸੰਗ ਦਾ ਬਹੁਤ ਬਹੁਤ ਥੋੜ੍ਹਾ ਬੋਲਦਾ ਹੈ ਪਰ ਉਮੀਦ ਕਰਦੇ ਹਾਂ ਵੀ ਤੁਸੀਂ
ਜਦੋਂ ਇਹਨਾਂ ਦੀ ਕਵਿਤਾ ਪੜ੍ਹੋਗੇ ਤੁਹਾਨੂੰ ਇਹਨਾਂ ਦੀ ਸ਼ਖਸੀਅਤ ਦੀ ਜਿਹੜੀ ਝਲਕ ਆ ਉਹ ਉਹਦੇ ਵਿੱਚੋਂ ਹੀ ਮਿਲ ਜਾਣੀ ਆ। ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਨੂੰ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।